ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੇ ਭੀ ਸਚ ਨਾਨਕ ਹੋਸੀ ਭੀ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਨ ਜੇਹ ਰੂਪ ਰੰਗ ਅਰ ਰੇਖ phekh ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਸੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਤ ਬਚਾਵੇ। ਸ਼ਤਰੂ ਅਨੇਕ ਚਲਾਵਤ ਕਹਾਵ ਤਉ ਤਨ ਏਕ ਨ ਲਾਗਨ ਪਾਵੇ। ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸਮੂਹ ਨ ਭੇਟਨ ਪਾਵੇ। ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਫਤਹਿ ਜਫਰ ਨਮਹ ਸ੍ਰੀ ਮੁਖ ਬਾਕ ਪਾਦਸ਼ਾਹੀ ਦਸਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਗੁਰੂ ਗਰੀਬ ਨਿਵਾਜ ਸੱਚੇ ਪਾਦਸ਼ਾਹ ਅੰਤਰਜਾਮੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਬੜੇ ਵੱਡ ਭਾਗੇ ਹੋ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੀ ਗੋਦ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਆਵਾਜ਼ ਮਾਰੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਗੁਰੂ ਮਹਾਰਾਜ ਦੇ ਗੋਦ ਵਿੱਚ ਆ ਕੇ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਔਰ ਗੁਰੂ ਸਾਹਿਬਾਂ ਦਾ ਇਤਿਹਾਸ ਸਰਵਣ ਕੀਤਾ ਸਿੱਖ ਪੰਥ ਦੇ ਮਹਾਨ ਵਿਦਵਾਨ ਕਵੀਸ਼ਰ ਸਤਕਾਰਯੋਗ ਗਿਆਨੀ ਸਰੂਪ ਸਿੰਘ ਜੀ ਸੁਰਵਿੰਡ ਵਾਲੇ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੋਂ ਗਿਆਨੀ ਭਗਵੰਤ ਸਿੰਘ ਜੀ ਸੁਰਵਿੰਡ ਉਹਨਾਂ ਦਾ ਜਥਾ ਉਹ ਇਤਿਹਾਸ ਆਪ ਜੀ ਨੇ ਸਾਂਝਾ ਕਰ ਰਹੇ ਸਨ ਜਦੋਂ ਹਿੰਦੁਸਤਾਨ ਤੇ ਲੋਧੀਆਂ ਦਾ ਰਾਜ ਸੀ ਪੰਜਾਬ ਦਾ ਸ਼ਹਿਰ ਹੈ ਲੁਧਿਆਣਾ ਲੋਧੀਆਂ ਨੇ ਵਸਾਇਆ ਹੈ ਬਾਬਰ ਬਾਦਸ਼ਾਹ ਤੋਂ ਪਹਿਲਾਂ ਇੱਥੇ ਲੋਧੀਆਂ ਦਾ ਕਬਜ਼ਾ ਸੀ ਔਰ ਜਿਹਦੇ ਕੋਲ ਸਾਧਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਮੋਤੀ ਲੱਗੇ ਸਨ ਮੋਦੀ ਖਾਨੇ ਵਿੱਚ ਉਹ ਵੀ ਲੋਧੀ ਪਠਾਨ ਸੀ ਜਿਹਦਾ ਨਾਮ ਸੀ ਦੌਲਤ ਖਾਨ ਲੋਧੀ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਵੀ ਆਉਂਦਾ ਦੌਲਤ ਖਾਨ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸੀ ਦੌਲਤ ਖਾਨ ਲੋਧੀ ਵੀ ਗੁਰੂ ਸਾਹਿਬ ਦਾ ਉਦੋਂ ਸ਼ਰਧਾਲੂ ਬਣਿਆ ਸੀ ਜਦੋਂ ਮਹਾਰਾਜ ਨੇ ਉਹਦੇ ਦਿਲ ਦੀ ਬੁਝ ਲਈ ਸੀ ਜਦੋਂ ਮਹਾਰਾਜ ਨੇ ਐਲਾਨ ਕੀਤਾ ਨਾ ਕੋਈ Hindu ਨਾ Musalman ਤੇ ਉਹ ਕਹਿਣ ਲੱਗਾ ਜੇ ਤੁਹਾਡੀ ਨਿਗਾਹ ਵਿੱਚ Hindu Musalman ਦਾ ਫਰਕ ਨਹੀਂ ਤੇ ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਰੋ ਸਚੇ ਪਾਤਸ਼ਾਹ ਕਹਿਣ ਲੱਗੇ ਰੱਬ ਦਾ ਨਾਮ ਲੈਣਾ ਸਾਨੂੰ ਕੋਈ ਇਤਰਾਜ਼ ਨਹੀਂ ਚਲੋ ਚੱਲਦੇ ਆਂ ਅੱਜ ਸਾਧ ਸੰਗਤ ਦੀ ਕੋਈ ਸਿੱਖ ਕਿਸੇ ਮਸਜਿਦ ਵਿੱਚ ਚਲਾ ਜਾਵੇ ਨਾਲਦਿਆਂ ਨੂੰ ਫਿਕਰ ਪੈ ਜਾਂਦਾ ਹੈ ਕਿੱਥੇ ਚਲਾ ਗਿਆ ਕੋਈ ਮੰਦਿਰ ਵਿੱਚ ਇਤਿਹਾਸਿਕ ਜਾਣਕਾਰੀ ਲੈਣ ਚਲੇ ਜਾਈਏ ਤੇ ਨਾਲਦਿਆਂ ਨੂੰ ਫਿਕਰ ਪੈ ਜਾਂਦਾ ਵੀ ਇਹ ਮੰਦਿਰ ਚ ਕਿਉਂ ਚਲਾ ਗਿਆ ਮੈਂ ਇੱਕ ਬੇਨਤੀ ਕਰਦਾ ਹਾਂ ਡਾਕਟਰ ਦੀ ਦੁਕਾਨ ਤੇ ਸਾਰੇ ਮਰੀਜ਼ ਨਹੀਂ ਜਾਂਦੇ ਦਵਾਈਆਂ ਵੇਚਣ ਵਾਲੇ ਵੀ ਜਾਂਦੇ ਆ ਉਹਨਾਂ ਨੇ ਆਪਣੀ ਦਵਾਈ ਬਾਰੇ ਡਾਕਟਰ ਨੂੰ ਦੱਸਣਾ ਹੁੰਦਾ ਵੀ ਡਾਕਟਰ ਸਾਹਿਬ ਆ ਦਵਾਈ ਨਵੀਂ ਆਈ ਹੈ ਜੇ ਮਰੀਜ਼ਾਂ ਨੂੰ ਦਿਓਗੇ ਤਾਂ ਇਹ ਫਾਇਦਾ ਹੋਵੇਗਾ ਡਾਕਟਰ ਉਹਦੇ ਤੇ ਵਿਚਾਰ ਕਰ ਲੈਂਦਾ ਹੈ ਜ਼ਰੂਰੀ ਨਹੀਂ ਡਾਕਟਰ ਦਾ ਰਿਸ਼ਤੇਦਾਰ ਵੀ ਕੋਈ ਜਾ ਸਕਦਾ ਹੈ ਕੋਈ ਦੋਸਤ ਮਿੱਤਰ ਵੀ ਜਾ ਸਕਦਾ ਹੈ ਸਾਰਿਆਂ ਨੂੰ ਮਰੀਜ਼ ਨਾ ਸਮਝ ਲਵੇ ਪਰ ਜਦੋਂ ਗੁਰੂ ਨਾਨਕ ਸਾਹਿਬ ਗਏ ਸਨ ਉਸ ਵੇਲੇ ਵੀ ਲੋਕਾਂ ਨੇ ਸਮਝ ਲਿਆ ਸੀ ਵੀ ਇਹ ਕੀ ਬਣ ਗਿਆ ਨਾਨਕ ਮੁਸਲਮਾਨ ਬਣ ਜਾਏਗਾ ਭਾਈਆ ਜੈਰਾਮ ਨੂੰ ਕਹਿਣ ਲੱਗੇ ਰੋਕੋ ਨਾਨਕ ਜੀ ਨੂੰ ਤੇ ਭਾਈਆ ਜੀ ਬੜੇ ਚਿੰਤਾਤ ਹੋ ਕੇ ਬਹਿ ਗਏ ਤੇ ਬੇਬੇ ਨਾਨਕੀ ਨੇ ਆਖਿਆ ਸੀ ਮੇਰਾ ਵੀਰ ਸੰਸਾਰ ਨੂੰ ਤਾਰਨ ਆਇਆ ਹੈ ਡੁੱਬਣ ਵਾਲਿਆਂ ਨੂੰ ਤਾਰਨ ਵਾਲਾ ਹੈ ਉਹ ਉਹਨਾਂ ਨੂੰ ਵੀ ਗੁਰੂ ਦਾ ਪਿਆਰਾ ਬਣਾ ਕੇ ਆਏਗਾ ਮਸਜਿਦ ਵਿੱਚ ਸੱਚੇ ਪਾਤਸ਼ਾਹ ਗਏ ਸਨ ਨਮਾਜ਼ ਪੜ੍ਹੀ ਸੀ ਪਰ ਸਾਧਗੁਰੂ ਖੜੇ ਰਹੇ ਬਾਅਦ ਵਿੱਚ ਨਮਾਜ਼ੀਆਂ ਨੇ ਪੁੱਛਿਆ ਦੌਲਤ ਖਾਨ ਨੇ ਕਾਜੀ ਨੇ ਸਾਰਿਆਂ ਨੇ ਪੁੱਛਿਆ ਤੁਸੀਂ ਨਮਾਜ਼ ਵਿੱਚ ਸਜਦਾ ਕਿਉਂ ਨਹੀਂ ਕੀਤਾ ਮਾਰੇ ਕਹਿੰਦੇ ਕਿਹਦੇ ਨਾਲ ਕਰਦੇ ਅੱਗੇ ਕਾਜ਼ੀ ਮੌਲਵੀ ਖੜ ਕੇ ਨਮਾਜ਼ ਪੜਾਉਂਦੇ ਐ ਪਿੱਛੇ ਸਾਰੇ ਲੇਨ ਵਿੱਚ ਲੱਗ ਕੇ ਪੜ੍ਹਦੇ ਕਾਜ਼ੀ ਕਹਿਣ ਲੱਗਾ ਮੇਰੇ ਨਾਲ ਮਾਰੇ ਕਹਿੰਦੇ ਕਾਜ਼ੀ ਸਾਹਿਬ ਤੁਸੀਂ ਤੇ ਘਰ ਘੋੜੀ ਸੂਈ ਹੈ ਉਹਦਾ ਬੇਸ਼ੇਰਾ ਕਿਥੇ ਟੋਏ ਚ ਨਾ ਡਿੱਗ ਪਵੇ ਇਸੇ ਫਿਕਰ ਚ ਪਰੇਸ਼ਾਨ ਚਿੰਤਾ ਤੁਹਾਨੂੰ ਤੁਹਾਡਾ ਤਾਂ ਖਿਆਲ ਹੀ ਉੱਥੇ ਗਿਆ ਸੀ ਕੁਛੇਰੀ ਵਿੱਚ ਕਾਜੀ ਕਹਿਣ ਲੱਗਾ ਗੱਲ ਤਾਂ ਮੇਰੇ ਦਿਲ ਦੀ ਬੁੱਝ ਲਈ ਹੈ ਸੱਚ ਤੋਂ ਇਨਕਾਰ ਨਹੀਂ ਕਰੀਦਾ ਕਹਿਣ ਲੱਗਾ ਗੱਲ ਤਾਂ ਤੁਹਾਡੀ ਠੀਕ ਹੈ ਮੇਰਾ ਧਿਆਨ ਉੱਥੇ ਹੀ ਸੀ ਦੂਸਰਾ ਦੌਲਤਖਾ ਕਹਿਣ ਲੱਗਾ ਮੇਰੇ ਨਾਲ ਪੜ ਲੈਂਦੇ ਮਹਾਰਾਜ ਕਹਿੰਦੇ ਤੂੰ ਘੋੜੇ ਖਰੀਦਣ ਕਾਬਲ ਗਿਆ ਸੀ ਉੱਥੇ ਘੋੜੇ ਚੰਗੀ ਨਸਲ ਦੇ ਮਿਲਦੇ ਆ ਉਹ ਵੀ ਪੈਰੀ ਟੈਪਿਆ ਵੀ ਮੇਰੇ ਦਿਲ ਦੀ ਵੀ ਪੁੱਜ ਲਈ ਹੈ। ਪਾਤਸ਼ਾਹ ਮੋਦੀ ਖਾਨਾ ਲੁਟਾ ਕੇ ਸਮਸ਼ਾਨ ਭੂਮੀ 'ਚ ਜਾ ਬੈਠੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਦੋਂ ਫੜਿਆ ਨਾ ਉਹਨਾਂ ਨੂੰ ਪੜਾਣੇ ਪਿੰਡ ਰੱਖਿਆ ਤੇ ਉਹਨਾਂ ਨੇ ਉੱਥੇ ਕੁਝ ਗੱਲਾਂ ਸਿੰਘਾਂ ਨੂੰ ਦਸੀਆਂ ਸਾਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਨੇ ਲਿਖੀਆਂ ਹਨ। ਉਹ ਕਹਿੰਦੇ ਵੀ ਦੌਲਤ ਖਾਨ ਦੇ ਅਜੇ ਤੱਕ ਬੱਚਾ ਕੋਈ ਨਹੀਂ ਸੀ ਤੇ ਦੌਲਤ ਖਾਨ ਲੋਧੀ ਭਾਈ ਦੌਲਤ ਖਾਨ ਜਿਹੜਾ ਪਠਾਨ ਸੀ ਉਹਦੀ ਘਰਵਾਲੀਆਂ ਦੋ ਬੇਗਮਾਂ ਸਨ ਦੋਵੇਂ ਹੀ ਬੱਚੇ ਤੋਂ ਖਾਲੀ ਸਨ ਕਹਿਣ ਲੱਗੀਆਂ ਕਿ ਖਾਨ ਸਾਹਿਬ ਜੇ ਤੁਹਾਡਾ ਮੋਦੀ ਇੰਨਾ ਸ਼ਕਤੀਸ਼ਾਲੀ ਹੈ ਇੰਨੇ ਦਿਲ ਦੀ ਗੱਲ ਬੁੱਝਦਾ ਤੇ ਪੀਰ ਹੈ ਤਾਂ ਹੋ ਸਕਦਾ ਸਾਡੀ ਵਿੱਚ ਓਲੀ ਭਰ ਦਵੇ ਕਹਿਣ ਲੱਗੇ ਜਾਓ ਬੇਨਤੀ ਕਰਕੇ ਵੇਖੋ ਉਹ ਦੋਵੇਂ ਬੇਗਮਾਂ ਉੱਥੇ ਆਈਆਂ ਜਿੱਥੇ ਸਾਧਗੁਰੂ ਜੀ ਸ਼ਮਸ਼ਾਨ ਭੂਮੀ ਵਿੱਚ ਬੈਠੇ ਸਨ ਦੁਨੀਆਂ ਤਾਂ ਗੱਲਾਂ ਕਰਦੀ ਸੀ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਪਰ ਪਾਦਸ਼ਾਹ ਅਕਾਲਪੁਰਖਣਾ ਸੁਰਤੀ ਜੋੜੀ ਬੈਠੇ ਸਨ ਬੇਗਮਾ ਨੇ ਬੇਨਤੀ ਕੀਤੀ ਮਹਾਰਾਜ ਨੇ ਬਖਸ਼ਿਸ਼ ਕੀਤੀ ਦੋ ਦੋ ਬੇਰ ਤੋੜ ਕੇ ਮਲੇ ਕੋਲ ਸਨ ਛੋਟੇ ਛੋਟੇ ਉਹਨਾਂ ਦੇ ਦੇ ਦਿੱਤੇ ਕਹਿਣ ਲੱਗੇ ਚਾਰ ਪੁੱਤਰ ਹੋਣਗੇ ਦੋਹਾਂ ਦੇ ਦੋ ਦੋ ਪੁੱਤਰ ਹੋਣਗੇ ਜਾਲੀਦੀਨ ਜੋਲਦੀਨ ਸਮਸਦੀਨ ਆਦਿਕ ਨਾਮ ਰੱਖ ਦਿਆ ਜੇ ਨਾਮ ਹੀ ਪਹਿਲਾਂ ਦੱਸ ਦਿੱਤੇ ਉਸ ਤੋਂ ਬਾਅਦ ਮਹਾਰਾਜ ਜੀ ਤਾਂ ਚਲੇ ਗਏ ਬਹੁਤ ਲੰਮੀ ਯਾਤਰਾ ਤੇ ਸੰਸਾਰ ਦਾ ਉਧਾਰ ਕਰਨ ਲਈ ਉਹ ਲੜਕੇ ਪੈਦਾ ਹੋ ਕੇ ਥੋੜੀ ਉਮਰ ਵਿੱਚ ਹੀ ਬੜੇ ਪੜ੍ਹ ਲਿਖ ਕੇ ਵੱਡੇ ਅਹੁਦਿਆਂ ਤੇ ਲੱਗ ਗਏ ਚਾਰੇ ਲੜਕੇ ਬਾਦਸ਼ਾਹ ਜਿਹੜਾ ਇਬਰਾਹੀਮ ਲੋਧੀ ਸੀ ਉਹਦੇ ਸਮੇਂ ਵਿੱਚ ਹਿੰਦੁਸਤਾਨ ਦੇ ਵੱਡੇ ਅਹੁਦਿਆਂ ਤੇ ਚਲੇ ਗਏ ਤੇ ਪੰਜਵਾਂ ਜ਼ਾਇਬੁਰਾਰ ਦਾ ਬੇਟਾ ਜਿਹੜਾ ਸੀ ਉਹ ਵਜ਼ੀਰ-ਏ-ਆਜ਼ਮ ਹਿੰਦ ਬਣ ਗਿਆ। ਇਹ ਪੰਜੇ ਹੀ ਗੁਰੂ ਕੇ ਸਿੱਖ ਸਨ। ਜਾਤ ਕਰਕੇ ਮੁਸਲਮਾਨ ਪਰ ਗੁਰੂ ਪਾਤਸ਼ਾਹ ਦੀ ਸ਼ਰਧਾ ਤੇ ਸਿੱਖੀ ਮਾਨਜ ਬਸੀ ਹੋਈ ਸੀ। ਗੁਰੂ ਆਸ਼ੇ ਅਨੁਸਾਰ ਤੁਰਦੇ ਸਨ ਬਾਦਸ਼ਾਹ ਦੀਆਂ ਕਰਤੂਤਾਂ ਤੇ ਬਾਦਸ਼ਾਹ ਨੂੰ ਰੋਕਦੇ ਸਨ ਵੀ ਤੂੰ ਜ਼ੁਲਮ ਨਾ ਕਰਿਆ ਕਰ। ਬਾਦਸ਼ਾਹ ਨੇ ਇਹ ਚਾਰੇ ਲੜਕੇ ਗ੍ਰਿਫਤਾਰ ਕਰ ਲਏ ਪੰਜਵਾਂ ਜਿਹੜਾ ਰਾਏ ਬੁਲਾਰ ਦਾ ਲੜਕਾ ਸੀਗਾ ਉਹਨੇ ਆਖਿਆ ਵੀ ਇਹਨਾਂ ਨੂੰ ਛੱਡ ਦੇ ਕਿਉਂ ਇਹਨਾਂ ਬੀ ਦੋਸ਼ੀਆਂ ਨੂੰ ਮਾਰਦਾ ਉਹਨੂੰ ਵੀ ਨਾਲ ਗ੍ਰਿਫਤਾਰ ਕਰ ਲਿਆ ਵਜ਼ੀਰ-ਏ-ਆਜ਼ਮ ਹੀ ਬਦਲ ਦਿੱਤਾ ਔਰ ਪੰਜ ਜਦੋਂ ਇਹ ਕੈਦ ਵਿੱਚ ਪੈ ਗਏ ਤਾਂ ਉਹਨਾਂ ਚਾਰਾਂ ਲੜਕਿਆਂ ਨੇ ਜੇਲ੍ਹ ਵਿੱਚੋਂ ਚਿੱਠੀ ਲਿਖੀ ਆਪਣੇ ਪਿਤਾ ਦੌਲਤ ਖਾਨ ਨੂੰ ਜਿਹੜਾ ਬੁੱਢਾ ਹੋ ਚੁੱਕਾ ਸੀ ਬਿਰਧ ਹੋ ਚੁੱਕਾ ਸੀ ਲੁਧਿਆਣੇ ਰਹਿੰਦਾ ਸੀ ਸੁਲਤਾਨਪੁਰ ਤੋਂ ਰੈਸ਼ ਲੁਧਿਆਣੇ ਬਦਲ ਲਈ ਸੀ ਉਹਨਾਂ ਨੇ ਚਿੱਠੀ 'ਚ ਲਿਖਿਆ ਬਾਪੂ ਪਤਾ ਨਹੀਂ ਸਾਡੀ ਚਿੱਠੀ ਮਿਲਣ ਤੋਂ ਪਹਿਲਾਂ ਅਸੀਂ ਇਸ ਦੁਨੀਆ ਤੋਂ ਚਲੇ ਜਾਈਏ ਤੈਨੂੰ ਚਿੱਠੀ ਬਾਅਦ ਵਿੱਚ ਮਿਲੇ ਇੱਕ ਦੋ ਦਿਨਾਂ ਵਿੱਚ ਸਾਨੂੰ ਕਤਲ ਕੀਤਾ ਜਾਣਾ ਸਾਡੇ ਮਾਰਨ ਦੀਆਂ ਸਕੀਮਾਂ ਬਾਦਸ਼ਾਹ ਨੇ ਘੜ ਲਈਆਂ ਪਰ ਤੂੰ ਪਠਾਨ ਹੈ ਸਾਡਾ ਪਿਓ ਹੈ ਪਠਾਨ ਬਦਲਾ ਲੈਂਦੇ ਹਨ ਸਾਡੀ ਮੌਤ ਦਾ ਬਦਲਾ ਜ਼ਰੂਰ ਲਵੀਂ ਜੇ ਕੋਈ ਤੇਰੀ ਸਹਾਇਤਾ ਨਾ ਕਰੇ ਕੋਈ ਤੇਰੀ ਬਾਹ ਨਾ ਫੜੇ ਕੋਈ ਤੇਰੀ ਮਦਦ ਨਾ ਕਰੇ ਤੂੰ ਬੁੱਢਾ ਹੈ ਨਿਰਾਸ਼ ਨਾ ਹੋਵੀ ਪੀਰ ਨਾਨਕ ਕੋਲ ਚਲਾ ਜਾਵੀਂ ਪੀਰ ਨਾਨਕ ਜਿੱਥੇ ਵੀ ਮਿਲੇ ਉਹਦੇ ਚਰਨਾਂ 'ਚ ਬੇਨਤੀ ਕਰੀ ਉਹ ਸਤਾ ਤੇਰਾ ਰਾਹ ਰੁਸ਼ਨਾਏਗਾ ਸਾਧ ਸੰਗਤ ਜੀ ਜਦੋਂ ਦੌਲਤ ਖਾਨ ਨੂੰ ਚਿੱਠੀ ਮਿਲੀ ਚਾਰਾਂ ਪੁੱਤਰਾਂ ਦੀ ਮੌਤ ਸਾਹਮਣੇ ਦਿਸੀ ਕਬਰ ਆ ਗਿਆ ਚਿੰਤਾ ਚ ਬੜਾ ਪੈ ਗਿਆ ਹੋਰ ਕੋਈ ਰਾਹ ਨਾ ਲੱਭਾ ਗੁਰੂ ਨਾਨਕ ਸਾਹਿਬ ਦਾ ਪਤਾ ਕੀਤਾ ਮਹਾਰਾਜ ਉਸ ਵੇਲੇ ਰੋੜੀ ਸਾਹਿਬ ਐਮਨਾਬਾਦ ਭਾਈ ਲਾਲੋ ਕੋਲ ਜਾ ਕੇ ਠਹਿਰੇ ਹੋਏ ਸਨ ਸਤਿਗੁਰਾਂ ਕੋਲ ਜਾ ਕੇ ਸਾਰੀ ਬਿਥਿਆ ਰੋ ਰੋ ਕੇ ਦੱਸੀ ਕਹਿਣ ਲੱਗਾ ਦولتਖਾਨਾ ਮਹਾਰਾਜ ਨੂੰ ਮਹਾਰਾਜ ਜਿਹੜੇ ਚਾਰ ਪੁੱਤਰ ਤੁਸੀਂ ਦਿੱਤੇ ਸੀ ਤੁਹਾਡੇ ਸਿੱਖ ਸੀ ਉਹਨਾਂ ਦੀ ਸ਼ਹੀਦੀ ਹੋ ਜਾਣੀ ਹੈ ਉਹਨਾਂ ਨੂੰ ਮਾਰ ਦੇਣਾ ਦੁਸ਼ਮਣਾਂ ਨੇ ਹੋ ਸਕਦਾ ਮਾਰ ਵੀ ਦਿੱਤੇ ਹੋਣ ਮਾਰ ਦਿੱਤੇ ਸਨ ਇਹ ਇਤਿਹਾਸ ਵਿੱਚ ਸਚਾਈ ਹੈ ਵੀ ਉਹ ਲੜਕੇ ਆਪਣੇ ਪਿਓ ਨੂੰ ਮਿਲ ਨਹੀਂ ਸਕੇ ਔਰ ਹਿੰਦੁਸਤਾਨ ਦੀਆਂ ਔਰ ਫਾਰਸੀ ਦੀਆਂ ਅੰਗਰੇਜ਼ੀ ਦੀਆਂ ਜਿੰਨੀਆਂ ਉਸ ਵੇਲੇ ਦੀਆਂ ਕਿਤਾਬਾਂ ਨੇ ਉਹਨਾਂ ਸਾਰੀਆਂ 'ਚ ਇਹ ਗੱਲ ਹੈ ਵੀ ਦੌਲਤਖਾਂ ਦੇ ਪੁੱਤਰ ਲੋਧੀ ਬਾਦਸ਼ਾਹ ਨੇ ਮਾਰ ਦਿੱਤੇ ਉਸੇ ਜਾਤ ਦਾ ਸੀ ਆਪਣੀ ਜਾਤ ਦੇ ਬੰਦੇ ਹੀ ਆਪ ਮਾਰ ਦਿੱਤੇ ਦੌਲਤਖਾਂ ਵੀ ਲੋਧੀ ਸੀ ਤੇ ਇਬਰਾਹੀਮ ਵੀ ਲੋਧੀ ਸੀ ਸੋ ਲੋਧੀ ਪਠਾਨ ਬਾਦਸ਼ਾਹ ਨੇ ਇਹਨਾਂ ਚਾਰ ਲੜਕਿਆਂ ਨੂੰ ਮਾਰ ਦਿੱਤਾ ਸੀ। ਉਹਨਾਂ ਦਾ ਬੁੱਢਾ ਪਿਓ ਗੁਰੂ ਨਾਨਕ ਸਾਹਿਬ ਕੋਲ ਰੋਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਇਹਦਾ ਬਦਲਾ ਮੈਨੂੰ ਲੈ ਕੇ ਦਿਓ। ਸਤਗੁਰਾਂ ਨੇ ਆਖਿਆ ਕਿ ਇਹ ਵਿਧ ਜਿਵੇਂ ਬਣਨੀ ਹੈ ਮਹਾਰਾਜ ਪਹਿਲਾਂ ਹੀ ਜਾਣੀ ਜਾਣ ਸਨ। ਕਹਿਣ ਲੱਗੇ ਜਾਓ ਕਾਬਲਵਲ ਜਾ ਕੇ ਬਾਬਰ ਬਾਦਸ਼ਾਹ ਨੂੰ ਮਿਲੋ। ਉਹਨੂੰ ਚੁੜਾ ਕੇ ਲਿਆਓ ਇਤਿਹਾਸਕ ਸਚਾਈ ਹੈ ਕਿ ਦੌਲਤ ਖਾਨ ਲੋਧੀ ਹੀ ਗਿਆ ਸੀ ਬਾਬਰ ਦੇ ਕੋਲ ਔਰ ਬਾਬਰ ਨੂੰ ਬੇਨਤੀ ਕੀਤੀ ਸੀ ਤੇ ਬਾਬਰ ਕਹਿਣ ਲੱਗਾ ਹਿੰਦੁਸਤਾਨ ਚ ਕਾਲਾ ਇਲਮ ਬਹੁਤ ਚੱਲਦਾ ਹੈ ਜਾਦੂ ਬਹੁਤ ਚੱਲਦਾ ਹੈ ਪਠਾਨ ਮੇਰੇ ਮੁਗਲਾਂ ਦੇ ਉੱਤੇ ਕਿਉਂਕਿ ਮੁਗਲ ਸੀ ਬਾਬਰ ਤੇ ਪਠਾਨ ਸੀ ਲੋਧੀ ਇਬਰਾਹਿਮ ਮੁਗਲ ਪਠਾਣਾ ਭਈ ਲੜਾਈ ਗੁਰਗ੍ਰਾਂ ਸਾਹਿਬ ਚ ਬਚਨ ਆਉਂਦਾ ਮੁਗਲ ਮੇਰੇ ਹਾਰ ਜਾਣਗੇ ਤੇ ਪਠਾਣਾ ਨੇ ਜਾਦੂ ਟੂਣਾ ਕਰਨਾ ਹੈ ਉਹਨਾਂ ਨੇ ਬੜਾ ਹਉਆ ਬਣਾਇਆ ਸੀ ਪਠਾਣਾ ਨੇ ਵੀ ਸਾਡੇ ਕੋਲ ਜਾਦੂ ਟੂਣਾ ਇਲਮ ਕਾਲਾ ਇੰਨਾ ਵੀ ਅਸੀਂ ਦੁਸ਼ਮਣ ਉਹਨਿਆਂ ਕਰ ਦਿੰਦੇ ਮੁਗਲ ਅੰਨੇ ਹੋ ਜਾਣਗੇ ਬਾਬਰ ਕਹਿਣ ਲੱਗਾ ਜੇ ਅਸੀਂ ਅੰਨੇ ਹੀ ਹੋ ਗਏ ਹਿੰਦੁਸਤਾਨ ਚ ਜਾ ਕੇ ਕੀ ਕਰਾਂਗੇ ਦੌਲਤਖਾਂ ਕਹਿਣ ਲੱਗਾ ਪੀਰ ਨਾਨਕ ਦਾ ਮੇਰੇ ਵੱਲ ਹੱਥ ਹੈ ਉਨ੍ਹਾਂ ਦੇ ਸਿੱਖਾਂ ਦਾ ਬਦਲਾ ਲੈਣਾ ਹੈ ਹੰਕਾਰੀ ਪਠਾਣਾ ਦਾ ਹੰਕਾਰ ਤੋੜਨਾ ਹੈ ਤੇ ਤੇਰੇ ਮੁਗਲ ਅਨੇ ਨਹੀਂ ਹੋਣਗੇ ਬਾਣੀ ਚ ਬਚਨ ਆਇਆ ਕੋਈ ਮੁਗਲ ਨਾ ਹੋਆ ਅੰਦਾ ਕਿਨਾਂ ਨਾ ਪਰ ਚਲਾ ਆਇਆ ਸਾਰੇ ਜਾਦੂ ਟੂਣੇ ਫੇਲ ਹੋ ਜਾਂਦੇ ਜਿੱਥੇ ਗੁਰੂ ਕੀ ਬਾਣੀ ਦਾ ਸਹਾਰਾ ਹੋ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਰ ਚੜਿਆ ਔਰ ਬਾਬਰ ਨੇ ਆ ਕੇ ਮੁਗਲਾਂ ਜਾਂ ਪਠਾਣਾਂ ਦੀ ਤਾਂ ਲੱਕ ਤੋੜੀ ਪਰ ਜਦੋਂ ਇਹੋ ਜੇ ਮਾਹੌਲ ਬਣਦੇ ਨਾ ਉੱਥੇ ਗਰੀਬ ਲੋਕ ਵੀ ਮਾਰੇ ਜਾਂਦੇ ਆ ਉਹ ਵੀ ਪਿਸ ਜਾਂਦੇ ਆ ਜਦੋਂ ਗਰੀਬਾਂ ਨੂੰ ਮਾਰ ਪਈ ਸੱਚੇ ਪਾਤਸ਼ਾਹ ਦੋਵਾਂ ਸਿਰਿਆਂ ਦੇ ਸੁਆਮੀ ਹਨ ਦੋਵਾਂ ਸਿਰਿਆਂ ਕਾ ਆਪ ਸੁਆਮੀ ਖੇਲਾ ਵਿਖਸਾ ਅੰਤਰਜਾਮੀ ਤੇ ਮਹਾਰਾਜ ਕਹਿਣ ਲੱਗੇ ਐਤੀ ਮਾਰ ਪਈ ਕਰਲਾਣੇ ਤੈ ਕਿ ਦਰਦਨਾ ਆਇਆ ਜੰਮ ਕਰ ਮੁਗਲ ਚੜਾਇਆ ਫਿਰ ਬਾਬਰ ਦੇ ਵੀ ਕੰਨ ਖਿੱਚ ਦਿੱਤੇ ਬਾਬਰ ਪੈਰੀ ਟੈਪਿਆ ਮੈਨੂੰ ਬਖਸ਼ੋ ਖਤਾ ਹੋ ਗਈ ਹਿੰਦੁਸਤਾਨ ਦਾ ਰਾਜ ਮੰਗਦਾ ਬੜੀ ਲੰਮੀ ਕਥਾ ਹੈ ਬਾਬਰ ਦੀ ਜੇਲ੍ਹ ਵਿੱਚ ਪਾਤਸ਼ਾਹ ਨੂੰ ਚੱਕੀ ਵੀ ਪੀਸਣੀ ਪਈ ਮਹਾਰਾਜ ਨੇ ਬਾਣੀ ਜਦੋਂ ਗਾਈ ਨਾ ਬਾਬਰ ਬਾਣੀ ਜਨ ਸੇਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਆਸਾ ਰਾਗ ਦੇ ਸ਼ਬਦ ਭਾਈ ਮਰਦਾਨਾ ਜੀ ਗਾ ਰਹੇ ਸਨ ਚੱਕੀਆਂ ਆਪੇ ਚੱਲ ਰਹੀਆਂ ਸਨ ਬਾਬਰ ਮਿਲਣ ਆਇਆ ਮਹਾਰਾਜ ਤੋਂ ਬੜਾ ਪ੍ਰਭਾਵਿਤ ਹੋਇਆ ਦੌਲਤਖਾਨ ਤੋਂ ਉਹਨੇ ਮਹਿਮਾ ਸੁਣੀ ਸੀ ਕਹਿਣ ਲੱਗਾ ਫਿਰ ਮੈਨੂੰ ਹਿੰਦੁਸਤਾਨ ਦਾ ਰਾਜ ਦੇਓ ਹਿੰਦੁਸਤਾਨ ਦਾ ਰਾਜ ਪੀਰ ਜੀ ਮੈਨੂੰ ਦਿਓ ਮਹਾਰਾਜ ਕਹਿੰਦੇ ਆਪਣੇ ਪੈਗੰਬਰ ਕੋਲੋਂ ਮੰਗ ਜੋ ਵਜਨ ਭਾਈ ਤਾਰੂ ਸਿੰਘ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਸਿੰਘਾਂ ਨੂੰ ਪੜਾਣੇ ਪਿੰਡ ਸੁਣਾਏ ਨੇ ਮੈਂ ਉਹ ਸੁਣਾ ਰਿਹਾ ਤੁਹਾਨੂੰ ਔਰ ਉਹ ਵਜਨ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਕੋਟ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਬਾਬਰ ਕਹਿੰਦਾ ਜੀ ਰਾਜ ਦਿਓ ਮਹਾਰਾਜ ਕਹਿੰਦੇ ਆਪਣੇ ਮੁਹੰਮਦ ਸਾਹਿਬ ਪੈਗੰਬਰ ਸਾਹਿਬ ਕੋਲੋਂ ਮੰਗ ਕਹਿੰਦਾ ਉਹਨਾਂ ਕੋਲ ਮੇਰੀ ਪਹੁੰਚ ਨਹੀਂ ਮੈਂ ਨਹੀਂ ਜਾ ਸਕਦਾ ਕਿੱਥੇ ਪੈਗੰਬਰ ਤੇ ਕਿੱਥੇ ਮੈਂ ਹਜ਼ਾਰ ਸਾਲ ਪਹਿਲਾਂ ਪੈਗੰਬਰ ਹੋਏ ਨੇ ਮੈਂ ਉਹਨਾਂ ਕੋਲ ਕਿਵੇਂ ਜਾਵਾਂ ਮਹਾਰਾਜ ਕਹਿੰਦੇ ਪੁਛਾ ਅਸੀਂ ਦਿੰਦੇ ਆ ਮੰਗ ਤੂੰ ਲਵੀ ਸਤਗੁਰਾਂ ਨੇ ਆਖਿਆ ਆਖਾ ਮੀਚ ਧਿਆਨ ਧਰ ਪੁਛਾ ਦਿੱਤਾ ਦਰਗਾਹ ਵਿੱਚ ਅਕਾਲ ਪੁਰਖ ਦੀ ਦਰਗਾਹ ਉਸ ਦਰਬਾਰ ਦੇ ਅੱਗੇ بڑے بڑے ਪੀਰ ਪੈਗੰਬਰ ਔਲੀਏ ਹੱਥ ਜੋੜ ਕੇ ਖੜੇ ਹਨ ਜਿੱਤਦਰ ਲੱਖ ਮੁਹੰਮਦਾਂ ਲੱਖ ਬ੍ਰਹਮੇ ਵਿਸ਼ਨ ਮਹੇਸ਼ ਲੱਖਾ ਮੁਹੰਮਦ ਲੱਖਾ ਬ੍ਰਹਮੇ ਲੱਖਾ ਵਿਸ਼ਨੂ ਲੱਖਾ ਸ਼ਿਵ ਜੀ ਕਾਲਪੁਰਖੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕੋਰ ਚਲੇਸ ਉਸ ਦਿਬਿਆ ਮੰਡਲ ਦੇ ਸਾਹਮਣੇ ਖੜੇ ਮੁਹੰਮਦ ਸਾਹਾ ਹੱਥ ਜੋੜ ਕੇ ਬੰਦਗੀ ਵਿੱਚ ਸੇਵਾਦਾਰ ਨੇ ਆਖਿਆ ਜੀ ਬਾਬਰ ਬਾਦਸ਼ਾਹ ਆਇਆ ਮਿਲਣ ਵਾਸਤੇ ਮੁਹੰਮਦ ਸਾਹਿਬ ਕਹਿੰਦੇ ਬੁਲਾਓ ਗਿਆ ਮੱਥਾ ਟੇਕ ਕੇ ਖੜਾ ਗਿਆ ਮੁਹੰਮਦ ਸਾਹਿਬ ਕਹਿੰਦੇ ਕੀ ਚਾਹੁੰਦਾ ਹੈ ਕਹਿੰਦਾ ਹਿੰਦੁਸਤਾਨ ਦਾ ਰਾਜ ਮੁਹੰਮਦ ਸਾਹਿਬ ਕਹਿੰਦੇ ਮੇਰੇ ਕੋਲ ਨਹੀਂ ਜਿਹੜਾ ਮੇਰੇ ਕੋਲ ਸੀ ਮੈਂ ਅਰਬ ਦੇ ਮੁਲਕ ਦੇ ਲੋਕਾਂ ਨੂੰ ਦੇ ਦਿੱਤਾ ਤਿਮਰ ਲੰਗ ਵਰਗੇ ਬਾਦਸ਼ਾਹਾਂ ਨੂੰ ਹਿੰਦੁਸਤਾਨ ਦਾ ਰਾਜ ਮੰਗਦਾ ਹੈ ਉਹ ਪੀਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਵੇਲੇ ਨਿਰੰਕਾਰ ਦਾ ਰੂਪ ਧਰਤੀ ਤੇ ਗਏ ਹਨ ਉਹਨਾਂ ਕੋਲੋਂ ਮੰਗ ਬਾਬਰ ਕਹਿੰਦਾ ਉਹਨਾਂ ਨੇ ਤੇ ਮੈਨੂੰ ਤੁਹਾਡੇ ਕੋਲ ਭੇਜਿਆ ਉਹ ਕਹਿੰਦੇ ਮੁਹੰਮਦ ਸਾਹਿਬ ਤੋਂ ਮੰਗ ਮੁਹੰਮਦ ਸਾਹਿਬ ਕਹਿੰਦੇ ਉਹਨਾਂ ਨੇ ਪੱਕਿਆ ਕੀਤਾ ਵੀ ਕੱਲ ਨੂੰ ਮੁੱਕਰ ਨਾ ਜਾਵੇਂ ਵੀ ਮੈਂ ਮੁਹੰਮਦ ਤੋਂ ਲਿਆ ਮਦਾਏ ਕਹਿ ਦੇਵੇਂ ਵੀ ਨਾਨਕ ਤੋਂ ਨਹੀਂ ਲਿਆ ਮੁਹੰਮਦ ਤੋਂ ਲਿਆ ਉਹ ਮੈਂ ਮੇਰੇ ਮੂੰਹ ਤੋਂ ਵੀ ਕਹਣਾ ਚਾਹੁੰਦੇ ਸੀ ਤੇਰੇ ਕੰਨ ਕਰ ਖਿੱਚੇ ਆ ਉਹਨਾਂ ਨੇ ਚੰਗੀ ਤਰ੍ਹਾਂ ਯਾਦ ਰੱਖੀ ਪੱਕਿਆਂ ਕੀਤਾ ਮੇਰੇ ਕੋਲ ਰਾਜ ਨਹੀਂ ਹਿੰਦੁਸਤਾਨ ਦੇ ਰਾਜ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਹਨ ਉਹ ਦੇਣਗੇ ਬਾਬਰ ਆਇਆ ਫਿਰ ਪੈਰੀ ਪੈ ਗਿਆ ਕਹਿੰਦਾ ਉੱਥੇ ਕਿਉਂ ਭੇਜਿਆ ਸੀ ਰਾਜ ਤੇ ਤੁਸੀਂ ਦੇਣਾ ਮਹਾਰਾ ਕਹਿੰਦੇ ਕਿਤੇ ਮੁਕਰਣਾ ਨਾ ਜਾਇਆ ਜੇ ਵੀ ਬਾਬੇ ਨਾਨਕ ਨੇ ਨਹੀਂ ਦਿੱਤਾ ਇਸ ਦੇ ਮੁਹੰਮਦ ਤੋਂ ਲਿਆ ਸਤ ਪੁਸਤਾਂ ਤੇਰੀਆਂ ਰਾਜ ਕਰਨਗੀਆਂ ਜਦੋਂ ਗੁਰੂ ਘਰ ਦੇ ਵਿਰੋਧੀ ਹੋ ਜਾਓਗੇ ਉਦੋਂ ਰਾਜ ਖੋ ਕੇ ਖਾਲਸੇ ਨੂੰ ਦੇ ਦੇਵਾਂਗੇ ਮੇਰਾ ਖਾਲਸਾ ਰਾਜ ਕਰੇਗਾ ਔਰ ਨਾਲ ਇਹ ਵੀ ਬਚਨ ਕਿਹਾ ਬਈ ਗੁਰੂ ਘਰ ਦਾ ਅਦਬ ਰੱਖਣਾ ਸਤਕਾਰ ਰੱਖਣਾ ਜਿਨ੍ਹਾਂ ਜਿਨ੍ਹਾਂ ਨੇ ਰੱਖਿਆ ਸਾਧ ਸੰਗਤ ਜੀ ਉਹ ਬਾਦਸ਼ਾਹ ਵੱਡਾ ਰਾਜ ਕਰ ਗਏ ਜਦੋਂ ਔਰੰਗਜ਼ੇਬ ਦਾ ਸਮਾਂ ਆਇਆ ਪਾਪ ਵੱਧ ਗਏ ਤੇ ਫਿਰ ਇਹਨਾਂ ਦੀ ਘਟਣੀ ਸ਼ੁਰੂ ਹੋ ਗਈ ਤਾਕਤ ਖਤਮ ਹੁੰਦੀ 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 ਮੁਗਲ ਦਿੱਲੀ ਜੋਗੇ ਰਹਿ ਗਏ ਤੇ ਬਾਅਦ ਚ ਖਾਲਸੇ ਨੇ ਫਤਿਹ ਕਰ ਲਿਆ ਮੋਰਚਾ ਸੋ ਦੌਦਖਾ ਲੋਧੀ ਤੇ ਬਾਬਰ ਗੁਰੂ ਨਾਨਕ ਸਾਹਿਬ ਜੀ ਤੋਂ ਵਰਸਾਏ ਗਏ ਜਿਹੜੀਆਂ ਬਾਬਰ ਦੀਆਂ ਕਮਜ਼ੋਰੀਆਂ ਸਨ ਉਹ ਮਹਾਰਾਜ ਨੇ ਮੂੰਹ ਤੇ ਕਹਿ ਦਿੱਤੀਆਂ ਤੂੰ ਜਾਬਰ ਹੈਂ ਬਾਬਰ ਤੂੰ ਜਾਬਰ ਹੈਂ ਜ਼ੁਲਮ ਕਰਨਾ ਛੱਡ ਦੇ ਗਰੀਬਾਂ ਨੂੰ ਨਾ ਮਾਰ ਬੇਦੋਸ਼ਿਆਂ ਨੂੰ ਨਾ ਮਾਰ ਤੇ ਸਾਧ ਸੰਗਤ ਜੀ ਉਹ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ ਜੋ ਜੋ ਹੋਇਆ ਐ ਮਨਾਬਾਦ ਵਿੱਚ ਉਹ ਭਾਈ ਸਾਹਿਬ ਸੁਣਾਣਗੇ ਗੁਰੂ ਚਰਨਾ ਜਾਈਆਂ ਜਿਹੜੀ ਇਹ ਕਥਾ ਚੱਲ ਰਹੀ ਜਫਰਨਾਮੇ ਦੀ ਇਹਦੀ ਭੂਮਿਕਾ 'ਚ ਵੀ ਇਹ ਚੀਜ਼ਾਂ ਆਉਂਦੀਆਂ ਕੁਦਰਤੀ ਗੁਰੂ ਨਾਨਕ ਸਾਹਿਬ ਤੋਂ ਇਸ ਗੱਲ ਸ਼ੁਰੂ ਹੁੰਦੀ ਹੈ ਦਸਵੇਂ ਜਾਮੇ ਚ ਆ ਕੇ ਸੰਪੂਰਨਤਾ ਕੀਤੀ ਹੈ ਜਿਹੜਾ ਬਾਬਰ ਨੂੰ ਰਾਜ ਦਿੱਤਾ ਸੀ ਲੈ ਕੇ ਖਾਲਸੇ ਨੂੰ ਦੇਣਾ ਹੈ ਔਰ ਜ਼ਾਲਮ ਦਾ ਨਾਸ ਕਰਨਾ ਧਰਮ ਦਾ ਪ੍ਰਕਾਸ਼ ਕਰਨਾ ਹਲੀਮੀ ਰਾਜ ਸਥਾਪਿਤ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਦਾ ਮਤਲਬ ਹੈ ਐਸਾ ਰਾਜ ਹੋਵੇ ਜਿਹਦੇ ਚ ਸਾਰੇ ਸੁਖੀ ਬਸਣ ਕਿਸੇ ਨੂੰ ਕੋਈ ਤੰਗੀ ਨਾ ਹੋਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਨੇ ਬੜਾ ਵੱਡਾ ਧੁਰਵਾ ਬੰਨਿਆ ਸਾਂਝੀਵਾਲਤਾ ਦਾ ਸ੍ਰੀ ਹਰਗੋਬਿੰਦ ਪੁਰਾ ਪਿੰਡ ਵਸਾਇਆ ਮਸਜਿਦ ਪਹਿਲਾਂ ਬਣਵਾਈ ਹੈ ਕੋਈ ਦੂਜੇ ਧਰਮ ਦਾ ਸਥਾਨ ਬਣਾਵੇ ਅੱਜ ਵੀ ਉਹ ਮਸਜਿਦ ਉਦਾਂ ਹੀ ਖੜੀ ਹੈ ਮੁਸਲਮਾਨ ਵੀਰ ਸਨ 47 ਚਲੇ ਗਏ ਸਨ ਲੋਕਾਂ ਨੇ ਉਸ ਮਸਜਿਦ 'ਚ ਡੰਗਰ ਬੰਨਣੇ ਸ਼ੁਰੂ ਕਰ ਦਿੱਤੇ ਬਾਬਾ ਬਿਸ਼ਨ ਸਿੰਘ ਜੀ ਬਾਬੇ ਬਕਾਲੇ ਵਾਲੇ ਮਹਾਂਪੁਰਸ਼ਾਂ ਨੇ ਸਮਝਾਇਆ ਵੀ ਭਾਈ ਗੁਰੂ ਸਾਹਿਬ ਦੀ ਨਿਸ਼ਾਨੀ ਇਦਾਂ ਬਰਬਾਦ ਨਾ ਕਰੋ। ਉਹਨਾਂ ਲੋਕਾਂ ਨੇ ਬਚਨ ਮੰਨ ਲਿਆ। ਨਿਸ਼ਾਨ ਸਾਹਿਬ ਲੱਗ ਗਿਆ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰ ਦਿੱਤਾ ਵੀ ਧਰਮ ਸਥਾਨ ਹੈ। ਜੇ ਮੁਸਲਮਾਨ ਵੀਰ ਨਹੀਂ ਰਹੇ ਤਾਂ ਗੁਰੂ ਸਾਹਿਬ ਦੀ ਨਿਸ਼ਾਨੀ ਤਾਂ ਕਾਇਮ ਰਹੇ। ਮਸਜਿਦ ਉਦਾਂ ਹੀ ਆ ਉਹਨੂੰ ਗੁਰੂ ਕੀ ਮਸਜਿਦ ਕਹਿੰਦੇ ਹਨ। ਇੱਥੋਂ ਇਹ ਪ੍ਰੇਰਣਾ ਮਿਲੀ ਵੀ ਗੁਰੂ ਘਰ ਮੁਸਲਮਾਨਾਂ ਦਾ ਵੈਰੀ ਨਹੀਂ। ਮਸ ਗੁਰੂ ਘਰ ਕਿਸੇ ਧਰਮ ਦਾ ਵੀ ਵੈਰੀ ਬਲਕੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਲਈ ਮਸਜਿਦ ਬਣਾ ਕੇ ਦਿੱਤੀ ਬੰਦਗੀ ਕਰੋ ਪਰਮੇਸ਼ਰ ਦੀ ਮੁਸਲਮਾਨ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤੀ ਸੇਖ ਫਰੀਦ ਜੀ ਵਰਗੇ ਮਹਾਪੁਰਸ਼ਾਂ ਦੀ ਬਾਣੀ ਇਹ ਸਾਂਝੀ ਵਾਲਤਾ ਦਾ ਸਿਧਾਂਤ ਹੈ ਗੁਰੂ ਕਲਗੀਧਰ ਪਾਸ਼ਾ ਔਰੰਗਜ਼ੇਬ ਨੂੰ ਜਿਹੜਾ ਜਫਰਨਾਮਾ ਲਿਖਿਆ ਉਹਦੀ ਕਥਾ ਸੁਣ ਲਈ ਆਪਾਂ ਸਾਰੇ ਸਾਫ ਧਾਨ ਹੋ ਕੇ ਬੈਠੀਏ ਮਹਾਰਾਜ ਆਪਣਾ ਪਰਿਵਾਰ ਵਾਰ ਕੇ ਦੀਨੇ ਪਿੰਡ ਪਹੁੰਚ ਗਏ ਹਨ ਦੀਨਾ ਕਾਂਗੜ ਇਹ ਭਾਈ ਜੋਧ ਰਾਏ ਹੋਇਆ 6ਵੇਂ ਪਾਤਸ਼ਾਹ ਦੇ ਸਮੇ ਗੁਰੂ ਦਾ ਸਿੱਖ ਹੋਇਆ ਜੋਧ ਰਾਏ ਦਾ ਪੋਤਰਾ ਚੌਧਰੀ ਸ਼ਮੀਰ ਹੋਇਆ ਜਿਹਦੇ ਕੋਲ 10ਵੇਂ ਪਾਤਸ਼ਾਹ ਜਾਰ ਡੇਰਾ ਲਾਇਆ ਜੋਧ ਰਾਏ 1000 ਫੌਜ ਦੇ ਨਾਲ ਮਹਾਰਾਜ ਦੀ ਜੰਗ ਵਿੱਚ ਸ਼ਾਮਲ ਹੋਇਆ ਸੀ ਜਦੋਂ ਭਾਈ ਵੀਦੀ ਚੰਦ ਘੋੜੇ ਲਿਆਇਆ ਸੀ ਕੱਢ ਕੇ ਲਾਹੌਰ ਤੋਂ ਦੂਜਾ ਘੋੜਾ ਜਦੋਂ ਲਿਆਇਆ ਸੀ ਨਾ 10 ਆਇਆ ਸੀ ਕਿਉਂਕਿ ਪਹਿਲਾ ਘੋੜਾ ਤੇ ਘਾਈ ਬਣ ਕੇ ਲਿਆਂਦਾ ਤੇ ਦੂਜਾ ਘੋੜਾ ਜੋਤਸੀ ਬਣ ਕੇ ਲਿਆਂਦਾ ਜਦੋਂ ਜੋਤਸੀ ਬਣਿਆ ਭਾਈ ਵੀਦੀ ਚੰਦ ਤੇ ਬਾਦਸ਼ਾਹ ਨੇ ਆਖਿਆ ਜੇ ਜੋਸ਼ੀਆ ਤੂੰ ਦੱਸ ਦੇਵੇਂਗਾ ਨਾ ਤੈਨੂੰ ਮੂੰਹ ਮੰਗਿਆ ਇਨਾਮ ਦੇਾਂਗੇ ਇਤਿਹਾਸ ਵਿੱਚ ਲਿਖਿਆ ਇਨਾਮ ਵਿਧਾਨਦਿਆਂ 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 4 ਲੱਖ ਤੱਕ ਪਹੁੰਚ ਗਿਆ ਸੀ ਬਾਦਸ਼ਾਹ ਇੰਨਾ ਇਨਾਮ ਦੱਸਣ ਦਾ ਭਾਈ ਸਾਹਿਬ ਕਹਿੰਦੇ ਦੱਸਾਂਗਾ ਲਿਆਣਾ ਮੇਰਾ ਕੰਮ ਨਹੀਂ ਲੈ ਕੇ ਤੂੰ ਆਵੀਂ ਜੇ ਤੇਰੇ ਜੇ ਤਾਕਤ ਹੋਈ ਲੈ ਆਵੀਂ ਦੱਸ ਕੇ ਜਾਵਾਂਗਾ ਇਹ ਮੇਰਾ ਜੋਤਿਸ਼ ਜਾਣਦਿਆਂ ਜਦੋਂ ਘੋੜਾ ਤਪਾਇਆ ਸੀ ਦੂਜਾ ਉਹ ਲੰਮਾ ਇਤਿਹਾਸ ਹੈ ਤੁਸੀਂ ਜਾਣਦੇ ਹੋ ਭਾਈ ਸਾਹਿਬ ਦੱਸ ਕੇ ਆਏ ਸਨ ਵੀ ਘੋੜੇ ਦੇ ਮਾਲਕ 6ਵੇਂ ਪਾਦਸ਼ਾਹ ਪਹਿਲਾ ਘੋੜਾ ਮੈਂ ਘਾਈ ਬਣ ਕੇ ਲੈ ਗਿਆ ਸੀ ਵਿਧੀ ਚੰਦ ਮੇਰਾ ਨਾਂ ਹੈ ਪਿੰਡ ਮੇਰਾ ਚੀਨਾ ਸੁਰ ਸਿੰਘ ਤੇ ਮੈਂ ਹੁਣ ਦੂਜਾ ਘੋੜਾ ਵੀ ਲੈ ਚੱਲਿਆ ਹਾਂ ਤੇ ਸਾਧ ਸੰਗਤ ਜੀ ਲੈ ਕੇ ਆਇਆ ਸੀ ਮਾਲਵੇ ਦੇਸ਼ ਵਿੱਚ ਉਦੋਂ ਡਰੋਲੀ ਸਨ ਪਾਤਸ਼ਾ ਤੇ ਫੇਰ ਜੋਧ ਰਾਏ ਕੋਲ ਪਹੁੰਚੇ ਜੋਧਰਾਏ ਦੀ ਘਰ ਵਾਲੀ ਮਾਈਆਂ ਦੇ ਸੁਣਨ ਵਾਲੀ ਗੱਲ ਹੈ ਅੱਜ ਕੱਲ ਮਾਈਆਂ ਪੜ੍ਹ ਲਿਖ ਕੇ ਸਮਝਦੀਆਂ ਬਹੁਤ ਸਿਆਣੀਆਂ ਬਣ ਗਈਆਂ ਪੁਰਾਣੀਆਂ ਮਾਈਆਂ ਨੂੰ ਐਵੇਂ ਹੀ ਸਮਝਦੀਆਂ ਅਨਪੜ ਮਾਈ ਜੋਧਰਾਏ ਦੀ ਘਰ ਵਾਲੀ ਅੱਜ ਤੋਂ 450 ਸਾਲ ਪੁਰਾਣੀ ਗੱਲ ਜੇ 400 ਸਾਲ ਉਸ ਜ਼ਮਾਨੇ 'ਚ ਮਾਈਆਂ ਬੀਬੀਆਂ ਬਹੁਤੀਆਂ ਪੜੀਆਂ ਨਹੀਂ ਸਨ ਹੁੰਦੀਆਂ ਪਰ ਸਿਆਣੀਆਂ ਬੜੀਆਂ ਹੁੰਦੀਆਂ ਸੀ ਇੱਕ ਕਹਿੰਦੀ ਥਾਲੀ ਹੁੰਦੀ ਹੈ ਕਾਂਸੀ ਦੀ ਪੁਰਾਣੇ ਬਜ਼ੁਰਗਾਂ ਨੂੰ ਪਤਾ ਨਵੇਂ ਬੱਚਿਆਂ ਨੂੰ ਸ਼ਾਇਦ ਦੱਸਣਾ ਪਵੇ ਉਹ ਜਿਹੜੀ ਕਹਿੰਦੀ ਥਾਲੀ ਹੁੰਦੀ ਹੈ ਉਹ ਕਹਿੰਦੀ ਥਾਲੀ 'ਚ ਚਣੇ ਪਾਏ ਛੋਲੇ ਆਪਾਂ 'ਚ ਕਹਿ ਦਿੰਨੇ ਆ ਉਹ ਚਣੇ ਪਾ ਕੇ ਨਾ ਸੁੱਕੇ ਤੇ ਉਹਨੇ ਜ਼ਮੀਨ ਤੇ ਰੱਖ ਦਿੱਤੇ ਤੇ ਕੰਨ ਲਾ ਲਿਆ ਉਹਦੇ ਨਾਲ ਉਸ ਮਾਈ ਨੇ ਜ਼ਮੀਨ ਦੀ ਧੜਕਣ ਮਹਿਸੂਸ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ ਮਹਾਰਾਜ ਲਗਭਗ 30 40 ਹਜ਼ਾਰ ਫੌਜ ਲਾਹੌਰ ਤੋਂ ਤੁਰ ਪਈ ਐ ਤੇ ਘੋੜਿਆਂ ਦੀ ਇੰਨੀ ਧਮਕ ਪੈ ਰਹੀ ਐ ਉਹ ਇੱਥੇ ਆਣ ਵਾਲੇ ਹਨ ਕੱਲ ਤੱਕ 200 ਮੀਲ ਦੂਰ ਸੀ ਉਸ ਮਾਈ ਦੀ ਵਿੱਧਿਆ ਦੇਖੋ ਉਹ ਜੋਧ ਰਾਏ ਦੀ ਘਰ ਵਾਲੀ ਤੇ ਚੌਧਰੀ ਸਮੀਰ ਦੀ ਦਾਦੀ ਸੀ ਜਿਹਦਾ ਪੋਤਰਾ ਚੌਧਰੀ ਸਮੀਰ ਦਸਵੇਂ ਪਾਤਸ਼ਾਹ ਨੂੰ ਆ ਕੇ ਅੱਗੋਂ ਦੀ ਮਿਲਿਆ ਕਹਿਣ ਲੱਗਾ ਉਹ ਮੇਰੇ ਪਿੰਡ ਪਾਤਸ਼ਾਹ ਚਰਨ ਪਾਓ ਗੁਰਸਿੱਖੀ ਉਹਨਾਂ ਦੇ ਪਰਿਵਾਰ ਵਿੱਚ ਸ਼ਰਧਾ ਸੀ ਬਹੁਤ ਸ਼ਮੀਰ ਲਖਮੀਰ ਤੇ ਤਖਤ ਮਲ ਤਿੰਨ ਭਰਾ ਸਨ ਤਿੰਨੇ ਭਰਾਵਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਔਰ ਗੁਰੂ ਘਰ ਤੇ ਬਹੁਤ ਸ਼ਰਧਾ ਸੀ ਗੁਰੂ ਸਾਹਿਬ ਨੂੰ ਤਖਾਣਾ ਦੇ ਚਿਵਾਰੇ ਵਿੱਚ ਨਿਵਾਸ ਕਰਾਇਆ ਆਪਣੇ ਘਰ ਨਹੀਂ ਕਿਉਂਕਿ ਉਹ ਸਮਾਂ ਐਸਾ ਸੀ ਵੱਡੇ ਲੋਕਾਂ ਦੇ ਨਿਗਾਹ ਬੜੀ ਰੱਖਦੀ ਸੀ ਸਰਕਾਰ ਵੱਡੇ ਘਰਾਂ ਦੇ ਵਿੱਚ ਜ਼ਿਆਦਾ ਵੀ ਇੱਥੇ ਗੁਰੂ ਸਾਹਿਬ ਆਣ ਜਾਂ ਗੁਪਤ ਇੱਕ ਜਗ੍ਹਾ ਤੇ ਗੁਪਤ ਆਸਣ ਲਵਾਤਾ ਕੱਚਾ ਚਵਾਰਾ ਸੀ ਜਿਹਦੇ ਚ ਸੱਚੇ ਪਾਤਸ਼ਾਹ ਲਗਭਗ 3 ਮਹੀਨੇ ਠਹਿਰੇ ਹਨ ਸ਼ਮੀਰ ਦੇ ਨਾ ਪਿੰਡ ਤਖਾਣਾ ਦੇ ਚਵਾਰੇ 'ਚ ਦਸਵੇਂ ਪਾਤਸ਼ਾਹ ਬੈਠੇ ਨੇ ਜਿਹੜੇ ਖਾਸ-ਖਾਸ ਪ੍ਰੇਮੀ ਸਿੱਖਾਂ ਨੂੰ ਬਿੜਕ ਪੈਂਦੀ ਹੈ ਉਹ ਆਉਂਦੇ ਨੇ ਪਹਿਲਾਂ ਚੌਧਰੀ ਸ਼ਮੀਰ ਨੂੰ ਮਿਲਦੇ ਨੇ ਚੌਧਰੀ ਜਮੀਰ ਗੁਰੂ ਸਾਹਿਬ ਦੇ ਦਰਸ਼ਨ ਪੁੱਛ ਕੇ ਕਰਾਂਦਾ ਵੀ ਮਹਾਰਾਜ ਫਲਾਣੇ ਪਿੰਡ ਵਾਲੀ ਸੰਗਤ ਮਿਲਣਾ ਚਾਹੁੰਦੀ ਆ ਮਹਾਰਾਜ ਆ ਬੁਲਾ ਲੈਿੰਦੇ ਨੇ ਉੱਥੇ ਹੀ ਭਾਈ ਰੂਪਾ ਸੁਣਿਆ ਹੋਵੇਗਾ ਤੁਸੀਂ ਨਾਮ ਇਹ 6ਵੇਂ ਪਾਤਸ਼ਾਹ ਦਾ ਸਿੱਖ ਹੋਇਆ ਹੈ ਭਾਈ ਸਾਧੂ ਦਾ ਪੁੱਤਰ ਦੋਵੇਂ ਪਿਓ ਪੁੱਤਰ ਲੱਕੜਾਂ ਕੱਟਣ ਗਏ ਸਨ ਪਾਣੀ ਦੀ ਛਾਂਗਲ ਲੈ ਕੇ ਜੰਡ ਨਾਲ ਪਾਣੀ ਦੀ ਛਾਂਗਲ ਟੰਗ ਦਿੱਤੀ ਗਰਮੀ ਬੜੀ ਸੀ ਜਦੋਂ ਪਾਣੀ ਪੀਣ ਲੱਗੇ ਠੰਡਾ ਪਾਣੀ ਵੇਖ ਕੇ ਪੁੱਤਰ ਕਹਿੰਦਾ ਬਾਪੂ ਪਾਣੀ ਬੜਾ ਠੰਡਾ ਹੈ ਇਹ ਪਾਣੀ ਆਪਣੇ ਗਰੀਬਾਂ ਦੇ ਤੇ ਪੀਣ ਵਾਲਾ ਨਹੀਂ ਇਹ ਤੇ ਸੱਚੇ ਪਾਤਸ਼ਾਹ ਜੀ ਦੇ ਪੀਣ ਵਾਲਾ ਪਾਣੀ ਹੈ ਤੇ ਬਾਪੂ ਵੀ ਕਹਿਣ ਲੱਗਾ ਪੁੱਤਰ ਜੇ ਸੱਚੇ ਪਾਤਸ਼ਾਹ ਦੇ ਪੀਣ ਵਾਲਾ ਹੈ ਤੇ ਆਪਾਂ ਉਡੀਕ ਲੈਨੇ ਆ ਸੱਚੇ ਪਾਤਸ਼ਾਹ ਨੂੰ ਘੜੀ ਦੇ ਪਿੱਛੋਂ ਫੇਰ ਤਰੇ ਲੱਗੀ ਫੇਰ ਹੱਥ ਲਾਇਆ ਫੇਰ ਪਿੱਛੇ ਹਟ ਗਏ ਤੇ ਉਧਰ ਸੱਚੇ ਪਾਤਸ਼ਾਹ ਜਾਣੀ ਜਾਨ ਡਰੋਲੀ ਭਾਈ ਕਿ ਉਥੋਂ 60 ਮੀਲ ਦੂਰ ਬੈਠੇ ਸਨ ਸੇਵਾਦਾਰ ਨੂੰ ਕਹਿਣ ਲੱਗੇ ਘੋੜਾ ਲਿਆਓ ਫਟਾਫਟ ਘੋੜਾ ਲਿਆਂਦਾ ਕੱਲੇ ਹੀ ਬਹਿ ਕੇ ਤੁਰ ਪਏ ਸੱਚੇ ਪਾਤਸ਼ਾਹ ਭਾਈ ਬੀਦੀ ਚੰਦ ਭਾਈ ਪੰਦੇਖਾਨ ਹੋਰ ਜਿਹੜੇ ਯੋਧੇ ਸਨ ਉਹ ਪਿੱਛੋਂ ਆਏ ਸਤਿਗੁਰੂ ਜੀ ਕੱਲੇ ਹੀ ਜੰਗਲ 'ਚ ਆ ਕੇ ਆਵਾਜ਼ ਮਾਰਿਓ ਭਾਈ ਰੂਪ ਚੰਦ ਲਿਆਓ ਪਾਣੀ ਪਿਵਾਓ ਸਨ ਉਸ ਭਾਈ ਰੂਪੇ ਦੇ ਪੋਤਰੇ ਸਨ ਪਰਮ ਸਿੰਘ ਔਰ ਧਰਮ ਸਿੰਘ ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਦੀ ਬਖਸ਼ਿਸ਼ ਸੀ ਉਹ ਪਰਿਵਾਰ ਗੁਰੂ ਦਾ ਪਰਿਵਾਰ ਸੀ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਦੋਵੇਂ ਭਰਾ ਗੁਰੂ 10ਵੇਂ ਪਾਤਸ਼ਾਹ ਦਾ ਪਤਾ ਲੱਗਾ ਵੀ ਦੀਨੇ ਕਾਂਗੜ ਆਏ ਨੇ ਉਥੋਂ 8 ਮੀਲ ਦਾ ਪਾਣ ਪੈਂਡਾ ਹੈ ਜਾਂ 8 ਕਿਲੋਮੀਟਰ ਕਹਿ ਲੋ ਇੰਨਾ ਕੀ ਹੈ ਦਾਸ ਨੇ ਦੋ ਚਾਰ ਵਾਰੀ ਉਸ ਇਲਾਕੇ ਦੇ ਦਰਸ਼ਨ ਕੀਤੇ ਤੁਹਾਡੇ ਜੋ ਵੀ ਹੋ ਸਕਦਾ ਕਈ ਪ੍ਰੇਮੀ ਉਸ ਇਲਾਕੇ ਦੇ ਪੇਤੀ ਹੋਣ ਜਿਹੜੀ ਬਰਨਾਲੇ ਤੋਂ ਬਾਜਾਖਾਨੇ ਸੜਕ ਜਾਂਦੀ ਹੈ ਉਸ ਸੜਕ ਦੇ ਉੱਤੇ ਭਾਈ ਭਗਤਾ ਪਿੰਡ ਹੈ ਇੱਕ ਪਾਸੇ ਦੀਨਾ ਹੈ ਤੇ ਇੱਕ ਪਾਸੇ ਭਾਈ ਰੂਪੇ ਦਾ ਇਲਾਕਾ ਹੈ ਉਹ ਦੋਵੇਂ ਭਰਾ ਦਸਵੇਂ ਪਾਤਸ਼ਾਹ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸਤਿਗੁਰੂ ਮਹਾਰਾਜ ਚਿਵਾਰੇ ਚ ਬੈਠੇ ਸਨ ਪਹਿਲਾਂ ਚੌਧਰੀ ਸ਼ਮੀਰ ਨੂੰ ਮਿਲੇ ਵੀ ਅਸੀਂ ਗੁਰੂ ਜੀ ਦਾ ਪਤਾ ਲੱਗਾ ਇੱਥੇ ਨੇ ਦਰਸ਼ਨ ਕਰਨੇ ਚੌਧਰੀ ਮਹਾਰਾਜ ਕੋਲ ਲੈ ਗਿਆ ਤੇ ਮੱਥਾ ਟੇਕਿਆ ਬੜਾ ਬੈਰਾਗ ਕਰਨ ਲੱਗ ਪਏ ਮਹਾਰਾਜ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਕਿੱਥੇ ਤੇ ਆ ਕੱਚਾ ਚਿਵਾਰਾ ਕਿੱਥੇ ਮਹਾਰਾਜ ਸਾਹਿਬ ਜਾਦਿਆਂ ਦੀ ਬੜੀ ਦੁੱਖ ਭਰੀ ਖਬਰ ਸੁਣੀ ਹੈ ਬੜਾ ਅਫਸੋਸ ਹੈ ਮਹਾਰਾਜ ਕਹਿੰਦੇ ਚੌਧਰੀ ਭਾਈ ਧਰਮ ਸਿੰਘ 아이 ਪਰਮ ਸਿੰਘ ਜੋ ਪਰਮੇਸ਼ਰ ਦਾ ਭਾਣਾ ਉਹ ਕਿਸੇ ਤੋਂ ਮਿਟਦਾ ਨਹੀਂ ਅਟਲ ਹੁਕਮ ਹੈ ਧਰਮ ਸਿੰਘ ਬੈਠਾ ਬੈਠਾ ਸੋਚਣ ਲੱਗ ਪਿਆ ਵੀ ਅਸੀਂ ਇਹਨਾਂ ਨੂੰ ਗੁਰੂ ਮੰਨਦੇ ਆਂ ਕਹਿੰਦੇ ਲੋਕ ਪਰਲੋਕ ਦੇ ਰਾਖੇ ਨੇ ਹਲਤ ਪਲਦ ਸਵਾਰਨ ਵਾਲੇ ਨੇ ਤੇ ਆਪਣਾ ਇੱਕ ਪੁੱਤਰ ਵੀ ਨਹੀਂ ਬਚਾ ਸਕੇ ਸਾਡਾ ਕਿਵੇਂ ਬਚਾ ਕਰਨਗੇ ਇਸ ਮਨ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕੀ ਆ ਜਾਣਾ ਹੈ ਦਰਦੇ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਤੋਂ ਮੇਰੇ ਮਾਲਕ ਮਿਹਰ ਕਰ ਦਿਆ ਕਰ ਰਹਿਮ ਕਰ ਤਰਸ ਕਰ ਸਾਡੀ ਬਿਰਤੀ ਤੇਰੇ ਚਰਨਾਂ 'ਚ ਲੱਗੀ ਰਹੇ ਸਿਰ ਝੁਕਿਆ ਰਹੇ ਕੋਈ ਸ਼ੰਕਾ ਨਾ ਪਵੇ ਮਾਨਵ ਦੇ ਸ਼ੰਕਾ ਆ ਗਿਆ ਵੀ ਗੁਰੂ ਸਮਰੱਥ ਨੇ ਪਰ ਆਪਣਾ ਪੁੱਤਰ ਕਿਉਂ ਨਹੀਂ ਬਚਾਇਆ ਇੱਕ ਤਾਂ ਬਚਾ ਲੈਂਦੇ ਚਾਰਾਂ 'ਚੋਂ ਚਲੋ ਗੁਰੂ ਸਾਹਿਬ ਤੋਂ ਪੁੱਛਿਆ ਨਹੀਂ ਉਹਦਾ ਅਫਸੋਸ ਕਰਕੇ ਉੱਠ ਕੇ ਵਾਪਸ ਪਿੰਡ ਨੂੰ ਚਾਲੂ ਪੈਂ। ਦੋਆ ਭਰਾਵਾਂ ਨੇ ਮਹਿਸੂਸ ਕੀਤਾ ਵੀ ਗੁਰੂ ਜੀ ਦੇ ਕੋਲ ਰੋਜ਼ ਸਿੱਖ ਮਿਲਣ ਆਉਂਦੇ ਨੇ ਤੇ ਮਹਾਰਾਜ ਆਪ ਕਿਸੇ ਦੇ ਘਰ ਬੈਠੇ ਨੇ ਪ੍ਰਸ਼ਾਦਾ ਸ਼ਮੀਰ ਦੇ ਘਰੋਂ ਆਉਂਦਾ ਸੀ ਸਤਿਗੁਰਾਂ ਦਾ। ਤੇ ਚੌਧਰੀ ਸ਼ਮੀਰ ਦੇ ਘਰੋਂ ਜਿਹੜੀ ਰੋਟੀ ਆਉਂਦੀ ਮਹਾਰਾਜ ਆਪ ਤਾਂ ਛਕ ਲੈਂਦੇ ਆਏਗੇ ਸਿੱਖਾਂ ਵਾਸਤੇ ਮਹਾਰਾਜ ਨੂੰ ਮਹਿਸੂਸ ਹੁੰਦਾ ਵੀ ਭੁੱਖੇ ਜਾਂਦੇ ਨੇ। ਤੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਟਛਾ ਦਿੱਤਾ ਸੀ ਵੀ ਲੰਗਰ ਚਲਾਓ ਉਹ ਕਟਛਾ ਉਹਨਾਂ ਦੇ ਪਰਿਵਾਰ ਕੋਲ ਹੈ ਲੰਗਰ ਚਲਾਓ ਅਸੀਂ ਗੁਰੂ ਦਾ ਲੰਗਰ ਚਲਾ ਰਹੇ ਹਾਂ ਤੇ ਗੁਰੂ ਦੇ ਕੋਲ ਕਿਉਂ ਨਾ ਚਲਾਈਏ ਕੱਲ ਨੂੰ ਆਪਾਂ ਗੱਡੇ ਤੇ ਲੰਗਰ ਲੈ ਕੇ ਆਉਣ ਦੋਹਾਂ ਭਰਾਵਾਂ ਨੇ ਸਲਾਹ ਕਰ ਲਈ ਉਥੋਂ 8 ਕਿਮੀਲ ਹੈ ਘਰ ਚਲੇ ਕੇ ਰਾਤ ਨੂੰ ਭਾਈ ਆਣੀਆਂ ਬੀਬੀਆਂ ਨੂੰ ਭਾਈ ਆਣੀਆਂ ਕਹਿੰਦੇ ਉਥੇ ਭਾਈ ਦੇ ਪਰਿਵਾਰ ਦੀ ਭਾਈ ਰੂਪੇ ਦੇ ਪਰਿਵਾਰ ਭਾਈਆਂ ਆਣੀਆਂ ਨੂੰ ਬੇਨਤੀ ਕੀਤੀ ਮਾਈਆਂ ਬੀਬੀਆਂ ਨੇ ਦਾळा ਤੇ ਪ੍ਰਸ਼ਾਦ ਦੇ ਸਵੇਰੇ ਸਵੇਰੇ ਇਤਿਆਰ ਕਰਤੇ ਗੱਡੇ ਤੇ ਲੱਦ ਕੇ ਦੋਵੇਂ ਭਰਾ ਫੇਰ ਤੁਰ ਪਏ ਦਸਵੇਂ ਪਾਤਸ਼ਾਹ ਕੋਲ ਜਾ ਕੇ ਦੀਨੇ ਕਾਂਗੜ ਪ੍ਰਸ਼ਾਦਾ ਭੇਟਾ ਕਰਾਂਗੇ ਤੇ ਉਥੇ ਮਹਾਰਾਜ ਕਲਗੀਧਰ ਜੀ ਦੇ ਨਾਲ ਜਿਹੜੇ ਆਏ ਪ੍ਰੇਮੀ ਸਿੰਘ ਮਿਲਣ ਆਉਂਦੇ ਉਹ ਪ੍ਰਸ਼ਾਦਾ ਛਕ ਲੈਣਗੇ ਇਦਾਂ ਰੋਜ਼ ਲੈ ਚੱਲਿਆ ਕਰਾਂਗੇ ਆਪਣੇ ਪਿੰਡੋਂ ਲੰਗਰ ਲੈ ਕੇ ਪਰਮ ਸਿੰਘ ਜਿਹੜਾ ਸੀ ਉਹ ਗੱਡੇ ਦੇ ਉੱਤੇ ਬਲਦਾਂ ਨੂੰ ਹੱਕ ਦਾ ਲੈ ਗਿਆ ਅਗਾ ਨੂੰ ਉਹਦੇ ਧਰਮ ਸਿੰਘ ਪੈਦਲ ਪਿੱਛੇ ਤੁਰਦਾ ਉਹ ਪਿੱਛੇ ਰਹਿ ਗਿਆ ਪਿੰਡਾਂ 'ਚ ਕੱਚੀ ਸੜਕ ਨੂੰ ਗੋਹਰ ਕਹਿੰਦੇ ਹਨ ਕੱਚੀ ਬਈ ਜਿਹੜੀ ਹੁੰਦੀ ਹੈ ਉਹ 20 ਦੇ ਵਿੱਚ ਕੱਚੀ ਸੜਕ ਦੇ ਗੋਹਰੇ-ਗੋਹਰੇ ਜਾ ਰਿਹਾ ਤੇ ਅਗਲਾ ਗੱਡਾ ਦੂਰ ਲੰਘ ਗਿਆ ਭਰਾ ਵਾਲਾ ਅਬ ਪੈਦਲ ਇਦਾਂ ਮਹਿਸੂਸ ਹੋਇਆ ਧਰਮ ਸਿੰਘ ਨੂੰ ਵੀ ਪਿੱਛੇ ਕੋਈ ਬੰਦਾ ਤੁਰਿਆ ਆਉਂਦਾ ਮੁੜ ਕੇ ਦੇਖਿਆ ਕੋਈ ਚਾਰ ਪੰਜ ਕਿੱਲੇ ਦੀ ਵਾਟ ਤੇ ਪਿੱਛੋਂ ਇੱਕ ਸਿੰਘ ਤਿਆਰ ਪਰ ਤਿਆਰ ਸ਼ਸਤਰ ਧਾਰੀ ਬਾਣੇ ਵਿੱਚ ਆ ਰਿਹਾ ਨੀਲੇ ਚ ਇਹ ਗੁਰੂ ਦਾ ਸਿੰਘ ਹੀ ਲੱਗਦਾ ਗੁਰੂ ਕੋਲ ਜਾ ਰਿਹਾ ਖੜ ਕੇ ਦੇਖਣ ਲੱਗ ਪਿਆ ਧਰਮ ਸਿੰਘ ਵੀ ਚਲੋ ਆਉਂਦਾ ਤੇ ਆਪਾਂ ਇਕੱਠੇ ਦੋਵੇਂ ਤੁਰ ਕੇ ਇਕੱਠੇ ਜਾਵਾਂਗੇ ਮਹਾਰਾਜ ਕੋਲ ਫਤੇ ਸਾਂਝੀ ਕਰਾਂਗੇ ਜਦੋਂ ਉਹ ਦੇਖਣ ਲੱਗ ਪਿਆ ਤੇ ਇਨਸਾਨ ਦੀ ਅੱਖ ਝਮਕਦੀ ਹੈ ਸਾਰਿਆਂ ਦੀ ਅੱਖ ਝਮਕੀ ਤਾਂ ਉਹਦਾ ਨੀਲਾ ਬਾਣਾ ਪੀਲੇ ਰੰਗ ਦਾ ਹੋ ਗਿਆ ਫਿਰ ਅੱਖ ਝਮਕੀ ਦਾ ਬਾਣਾ ਚਿੱਟਾ ਹੋ ਗਿਆ ਫਿਰ ਅੱਖ ਝਮਕੀ ਲਾਲ ਹੋ ਗਿਆ ਅੱਖ ਝਮਕੀ ਫਿਰ ਨੀਲਾ ਹੋ ਗਿਆ ਇਹ ਕੀ ਹੋ ਰਿਹਾ ਇਹ ਤਾਂ ਕੋਈ ਅਸਚਰਜ ਗੱਲ ਹੈ ਜਿਹੜੀ ਆਮ ਇਨਸਾਨ ਦੀ ਸਮਝ ਤੋਂ ਪਰੇ ਦੀ ਗੱਲ ਹੈ ਇਹ ਕੋਈ ਸ਼ਕਤੀ ਹੈ ਕੋਈ ਅਜੀਬ ਚੀਜ਼ ਹੈ ਜਿਹੜਾ ਇਹ ਬੰਦਾ ਆ ਰਿਹਾ ਇਹਨੇ ਨੂੰ ਸਿੰਘ ਡੇੜਿਆ ਫਤਿਹ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਨੇ ਫਤਿਹ ਦਾ ਜਵਾਬ ਫਤਿਹ ਜੀ ਦਿੱਤਾ ਪੁੱਛਿਆ ਭਾਈ ਸਾਹਿਬ ਆਪ ਜੀ ਗੁਰੂ ਸਾਹਿਬ ਕੋਲ ਜਾ ਰਹੇ ਹੋ ਮਹਾਰਾਜ ਕੋਲ ਮੈਂ ਵੀ ਜਾਣਾ ਸੀ ਮੈਂ ਸੋਚਿਆ ਤੁਹਾਨੂੰ ਨਾਲ ਲੈ ਕੇ ਚੱਲਾਂ ਪਰ ਆਪ ਜੀ ਕੋਲੋਂ ਇੱਕ ਦੋ ਬਚਨ ਪੁੱਛਣੇ ਆ ਆਪ ਜੀ ਕੋਈ ਗੁਰੂ ਦੇ ਪਿਆਰੇ ਅਜਮਤਵਾਨ ਸਿੰਘ ਜਾਪਦੇ ਹੋ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾ ਰਹੇ ਹੋ ਉਹ ਸਿੰਘ ਕਹਿਣ ਲੱਗਾ ਮੈਂ ਸ਼ਹੀਦ ਸਿੰਘ ਹਾਂ ਸਤਗੁਰਾਂ ਦੀ ਸਿੱਧੀ ਫੌਜ ਵਿੱਚ ਰਹਿੰਦਾ ਹਾਂ ਸਾਧਗੁਰਾਂ ਕੋਲੇ ਜਾ ਰਿਹਾ ਹਾਂ ਉਹਨਾਂ ਦੇ ਹੁਕਮ ਵਿੱਚ ਹੀ ਵਿਚਰੀਦਾ ਜਿੱਥੇ ਭੇਜਦੇ ਨੇ ਚਲੇ ਜਾਈਦਾ ਤੁਹਾਡੇ ਕੋਲ ਭੇਜਿਆ ਆ ਗਏ ਤੁਸੀਂ ਸ਼ਹੀਦ ਸਿੰਘ ਤੁਸੀਂ ਤਾਂ ਬਹੁਤ ਕੁਝ ਜਾਣਦੇ ਹੋ ਮੇਰਾ ਸ਼ੰਕਾ ਮੇਟੋ ਵੀ ਗੁਰੂ ਗੋਬਿੰਦ ਸਿੰਘ ਇੰਨੇ ਸਮਰੱਥ ਅਸੀਂ ਸਮਝਦੇ ਹਾਂ ਵੀ ਸਭ ਕੁਝ ਕਰਨ ਜੋਗੇ ਹਨ ਪਰ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਬਚਾ ਸਕੇ ਆਪਣਾ ਇੱਕ ਬੱਚਾ ਹੀ ਬਚਾ ਲੈਂਦੇ ਮੇਰੇ ਕੱਲ ਦਾ ਇਹ ਸ਼ੰਕਾ ਮੈਨੂੰ ਖਾਈ ਜਾਂਦਾ ਉਹ ਸਿੰਘ ਸ਼ਹੀਦ ਬੋਲਿਆ ਕਹਿੰਦਾ ਤੈਨੂੰ ਸਾਰੀ ਗੱਲ ਸਮਝ ਆ ਜਾਏਗੀ ਜੇ ਤੂੰ ਮੈਨੂੰ ਸਮਝ ਲਵੇਂ ਤਾਂ ਨਾ ਮਹਾਰਾਜ ਤੁਹਾਨੂੰ ਕਿਵੇਂ ਸਮਝੀਏ ਤੁਸੀਂ ਤਾਂ ਬੇਅੰਤ ਸ਼ਕਤੀਆਂ ਦੇ ਮਾਲਕ ਹੋ ਕਹਿੰਦਾ ਨਹੀਂ ਅਜੇ ਤੂੰ ਮੈਨੂੰ ਹੋਰ ਦੇਖ ਲੈ ਥੋੜਾ ਜਿਹਾ ਉਹਨੇ ਆਪਣਾ ਬੈਰਾਟ ਰੂਪ ਧਾਰਨ ਕੀਤਾ ਸਿਰ ਆਕਾਸ਼ ਨੂੰ ਜਾਲ ਲਗਾ ਐਦਾ ਬਾਵਾ ਬਸਾਰੀਆਂ ਜਿਵੇਂ ਪੂਰੇ ਪੰਜਾਬ ਦੇ ਉੱਤੇ ਖਿਲਰ ਗਈਆਂ ਹੋਣ ਬਹੁਤ ਵੱਡਾ ਰੂਪ ਵੇਖ ਕੇ ਧਰਮ ਸਿੰਘ ਕਹਿੰਦਾ ਮਹਾਰਾਜ ਕਿਰਪਾ ਕਰੋ ਪਹਿਲੇ ਰੂਪ ਵਿੱਚ ਆਓ ਉਹ ਫਿਰ ਪਹਿਲੇ ਰੂਪ ਚ ਆ ਗਿਆ ਕਹਿਣ ਲਗਾ ਮੇਰੇ ਵਰਗੇ ਗੁਰੂ ਕੋਲ 96 ਕਰੋੜ ਹਨ ਸ਼ਹੀਦ ਸਿੰਘ ਮੇਰੇ ਵਰਗੇ 5100 ਖਾਸ ਕੀ ਨਿਤ ਰਹਿ ਅਸਵਾਰੀ 5000 ਤਾਂ ਪਰ ਪੰਗਦੇ ਪਹਿਲੇ ਤੇ ਰਹਿੰਦੇ ਮਹਾਰਾਜ ਦੇ ਪਰੰਗਦੇ ਨੇੜੇ ਰਹਿੰਦੇ ਆ 5000 ਸ਼ਹੀਦ ਸਿੰਘ ਹਰ ਵੇਲੇ ਮੇਰੇ ਇਕੱਲੇ ਦੀ ਤਾਕਤ ਹੈ ਮੈਂ ਪੂਰਾ ਹਿੰਦੁਸਤਾਨ ਪੂਰੀ ਧਰਤੀ ਸੂਰ ਚੰਦਰਮਾ ਮੁਠੀ ਚ ਲੈ ਕੇ ਮੀਚ ਕੇ ਮਸਲ ਕੇ ਸੁੱਟ ਸਕਦਾ ਮੇਰੀ ਇਕੱਲੇ ਦੀ ਬਾਕੀਆਂ ਦੀ ਤਾਕਤ ਕਿੰਨੀ ਹੈ ਤੂੰ ਅੰਦਾਜ਼ਾ ਲਾ ਲ ਪਰ ਮਹਾਰਾਜ ਕਹਿੰਦੇ ਪਹਾਣਾ ਮੰਨੋ ਹੁਕਮ ਮੰਨੋ ਅਸੀਂ ਹੁਕਮ ਦੇ ਬੱਦੇ ਦੇਖਦੇ ਰਹਿੰਦੇ ਆ ਮਹਾਰਾਜ ਤੋਂ ਡਰਦੇ ਰਹਿੰਦੇ ਆ ਸਹਬ ਜਾਦੇ ਕਿਤੇ ਮਰੇ ਨਹੀਂ ਉਹ ਪ੍ਰਗਟ ਹੋਏ ਸਨ ਤੇ ਆਪਣੇ ਧਾਮ ਸੱਚਖੰਡ ਦੀ ਸਰਦਾਰੀ ਕਰ ਰਹੇ ਨੇ ਉੱਥੇ ਰਾਜ ਕਰ ਰਹੇ ਨੇ ਅਬ ਚਲ ਅਵਿਨਾਸੀ ਰਾਜ ਹੈ ਜਿਹੜੀ ਚੀਜ਼ ਨੂੰ ਤੂੰ ਦੇਖਦਾ ਹੈ ਉਹ ਸੁਪਨਾ ਹੈ ਗੁਰੂ ਦੀ ਖੇੜ ਨਿਆਰੀ ਹੈ ਗੁਰੂ ਦੀ ਤਾਕਤ ਗੁਰੂ ਦੀ ਸ਼ਕਤੀ ਅਸਚਰਜ ਹੈ ਧਰਮ ਸਿੰਘ ਦਾ ਸ਼ੰਕਾ ਮਿਟ ਗਿਆ ਕਹਿਣ ਲੱਗਾ ਧੰਨ ਗੁਰੂ ਦੇ ਧੰਨ ਗੁਰੂ ਦੇ ਸ਼ਹੀਦ ਸਿੰਘ ਗੁਰੂ ਘਰ ਆਏ ਲੰਗਰ ਪਾਣੀ ਚੱਲਿਆ ਸੰਗਤ ਆਣ ਲੱਗ ਪਈ ਵਿਰਲੇ-ਵਿਰਲੇ ਸੰਗ ਆਉਂਦੇ ਸਨ ਜਿਨ੍ਹਾਂ ਨੂੰ ਖਾਸ ਤੌਰ ਤੇ ਆਗਿਆ ਸੀ ਜਾਂ ਕਹਿ ਲਓ ਭੇਤ ਸੀ ਹੋਰ ਉੱਥੇ ਸਾਰੇ ਨਹੀਂ ਸੀ ਆਉਂਦੇ ਲੱਖੀ ਜੰਗਲ ਜਦੋਂ ਮਾਰਹ ਗਏ ਉਦੋਂ ਫਿਰ ਪ੍ਰਗਟ ਹੋ ਗਏ ਸਾਰੇ ਖਾਲਸੇ ਨੂੰ ਖੁੱਲਾ ਸੱਦਾ ਦਿੱਤਾ ਉਥੋਂ ਸੱਚੇ ਪਾਤਸ਼ਾਹ ਜੀ ਦੀ ਨਵਾਈ ਸੀ ਆਈ.ਡੀ ਸੂਬੇ ਸਰਹੰਦ ਕੋਲ ਪਹੁੰਚ ਗਈ ਸੀ ਤੇ ਸੂਬੇ ਸਰਹੰਦ ਨੇ ਵੀ ਭਾਈ ਸ਼ਮੀਰ ਨੂੰ ਚਿੱਠੀ ਲਿਖੀ ਸੀ ਵੀ ਤੁਸੀਂ ਸਰਕਾਰ ਦੇ ਬੰਦੇ ਹੋ ਕੇ ਗੁਰੂ ਨੂੰ ਆਪਣੇ ਕੋਲ ਕਿਉਂ ਰੱਖਿਆ ਹੈ ਬਾਗੀ ਹੈ ਗੁਰੂ ਸਰਕਾਰ ਦਾ ਤੁਸੀਂ ਚੌਧਰੀ ਹੋ ਸਾਡਾ ਸਾਡੀ ਰૈયਤ ਤੋਂ ਸਾਡੇ ਬੰਦੇ ਹੋ ਗੁਰੂ ਨੂੰ ਆਪਣੇ ਘਰ ਰੱਖੀ ਬੈਠੇ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਸਾਡੇ ਹਵਾਲੇ ਕਰ ਦਿਓ ਅਗੋਂ ਚੌਧਰੀ ਸ਼ਮੀਰ ਨੇ ਜਵਾਬ ਲਿਖਿਆ ਸੀ ਚਿੱਠੀ ਦਾ ਹਾਲਾਂਕਿ ਉਹ ਬਹੁਤਾ ਵੱਡਾ ਅਮੀਰ ਆਦਮੀ ਨਹੀਂ ਸੀ ਕੋਈ ਬਹੁਤਿਆਂ ਦੇ ਕੋ ਵਿਚਾਰੇ ਕੋਲ ਫੌਜਾ ਨਹੀਂ ਸੀ ਕੋਈ ਬਹੁਤਾ ਤਗੜਾ ਰਾਠ ਨਹੀਂ ਸੀ ਆਮ ਜ਼ਿਮੀਂਦਾਰ ਸੀ ਦੋ ਚਾਰ ਪਿੰਡਾਂ ਦਾ ਮਾਲਕ ਹੋਏਗਾ ਉਹਨੇ ਸੂਬੇ ਨੂੰ ਲਿਖਿਆ ਸੀ ਸੂਬਿਆ ਤੂੰ ਆਪਣੇ ਪੀਰ ਸਾਡੇ ਹਵਾਲੇ ਕਰ ਸਕਦਾ ਜੇ ਅਸੀਂ ਆਖੀਏ ਵੀ ਜਿਨ੍ਹਾਂ ਪੀਰਾਂ ਨੂੰ ਤੂੰ ਮੰਨਦਾ ਹੈ ਉਹ ਪੀਰ ਫੜ ਕੇ ਸਾਡੇ ਹਵਾਲੇ ਕਰ ਦੇ ਤੂੰ ਕਰੇਗਾ ਜੇ ਤੂੰ ਨਹੀਂ ਕਰ ਸਕਦਾ ਅਸੀਂ ਆਪਣਾ ਪੀਰ ਤੇਰੇ ਹਵਾਲੇ ਕਿਵੇਂ ਕਰ ਦਈਏ ਜੇ ਤੂੰ ਲੈਣਾ ਤਾਂ ਜੰਗ ਕਰਕੇ ਲੈ ਜਾ ਅਸੀਂ ਲੜਾਂਗੇ ਜਿੰਨਾ ਚਿਰ ਜਿਉਂਦੇ ਆ ਉਹਨਾਂ ਗੁਚਰ ਗੁਰੂ ਗੋਬਿੰਦ ਸਿੰਘ ਤੇਰੇ ਹਵਾਲੇ ਨਹੀਂ ਕਰਾਂਗੇ ਉਹਦਾ ਨਿਸ਼ਚਾ ਉਹਦਾ ਪਿਆਰ ਉਹਦੀ ਸ਼ਰਧਾ ਉਹਦਾ ਵਿਸ਼ਵਾਸ ਸੀ ਗੁਰੂ ਕਲਗੀਧਰ ਪਾਤਸ਼ਾਹ ਉੱਤੇ ਤੇ ਮਹਾਰਾਜ ਰੀਚ ਕੇ ਉਹਦੇ ਘਰ ਬੈਠੇ ਸਨ ਤੇ ਉੱਥੇ ਹੀ ਇਦਾਂ ਬੈਠੇ ਬੈਠੇ ਸੰਗਤ ਨਾਲ ਗੱਲਾਂ ਕਰਦੇ ਕਰਦੇ ਆਪਣੇ ਹੱਥ ਦੇ ਤੀਰ ਨਾਲ ਕਦੀ ਕਦੀ ਇਦਾਂ ਆਪਣੇ ਹੱਥ ਦੀ ਖੱਬੀ ਉਂਗਲੀ ਨੂੰ ਖੁਰਚਣ ਲੱਗ ਜਾਂਦੇ ਸਨ ਤੇ ਖੁਰਚਦਿਆਂ ਖੁਰਚਦਿਆਂ ਉਹਦੇ ਵਿੱਚੋਂ ਲਹੂ ਨਿਕਲ ਆਉਂਦਾ ਸੀ ਉਹ ਜਦੋਂ ਲਹੂ ਨਿਕਲਿਆ ਤੇ ਧਰਮ ਸਿੰਘ ਕਹਿਣ ਲੱਗਾ ਮਹਾਰਾਜ ਇਹ ਆਪ ਜੀ ਹਰ ਵੇਲੇ ਉਂਗਲ ਕਿਉਂ ਖੁਰਚਦੇ ਰਹਿੰਦੇ ਹੋ ਇੱਥੇ ਕੀ ਹੁੰਦਾ ਹੈ ਖਾਰਿਜ ਹੁੰਦੀ ਹੈ ਜਾਂ ਕੀ ਗੱਲ ਹੈ ਉਹਨੇ ਤੇ ਇਦਾਂ ਪੁੱਛਿਆ ਪਰ ਮਹਾਰਾਜ ਅਗੰਮੀ ਬਚਨ ਕਹਿੰਦੇ ਆ ਧਰਮ ਸਿੰਘ ਤੁਰਕਾਂ ਦੀ ਜੜ ਜਿਹੜੀ ਹੈ ਨਾ ਮੋਟੀ ਆ ਬਰੀਕ ਕਰ ਕਰਕੇ ਖੁਰਚ ਖੁਰਜ ਕੇ ਵੱਢਣੀ ਆ ਜਦੋਂ ਆ ਵਜਨ ਕਿਹਾ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਉਹ ਜਿਹੜਾ ਧਰਮ ਸਿੰਘ ਭਾਈ ਰੂਪੇ ਵਾਲਾ ਹੋਰ ਸੀ ਪੰਜਾ ਪਿਆਰੇ ਵਾਲਾ ਧਰਮ ਸਿੰਘ ਹੋਰ ਸੀ ਭਾਈ ਪਰਮ ਸਿੰਘ ਤੇ ਚੌਧਰੀ ਸਮੀਰ ਇਹ ਤਾਂ ਲਾ ਕੇ ਪਲੰਘ ਦੇ ਬੈਠੇ ਸੀ ਧਰਮ ਸਿੰਘ ਕਹਿਣ ਲੱਗਾ ਮਹਾਰਾਜ ਔਰੰਗਜ਼ੇਬ ਨੂੰ ਤਾਂ ਮਾਰਦੇ ਨਹੀਂ ਜੜ ਕਿਵੇਂ ਵੱਡੀ ਜਾਏਗੀ ਤੁਰਕਾਂ ਦੀ ਪਹਿਲਾਂ ਉਹਨੂੰ ਦੁਸ਼ਟ ਨੂੰ ਮਾਰੋ ਫਿਰ ਜੜ ਵੱਟੀ ਜਾਏਗੀ ਸਾਹਿਬ ਕਹਿਣ ਲੱਗੇ ਇੰਨੀ ਕਾਲਾ ਸਿੰਘ ਨੂੰ ਮਾਰਨ ਦੀ ਮਹਾਰਾਜ ਹੋਰ ਕਦੋਂ ਮਾਰੋਗੇ 90 ਸਾਲ ਦਾ ਹੋ ਚੱਲਿਆ ਬੁੱਢਾ ਮਾਰੋ ਇਹਨੂੰ ਹੁਣ ਖਤਮ ਕਰੋ ਬੜਾ ਰਾਜ ਕਰ ਲਿਆ ਬੜਾ ਜ਼ੁਲਮ ਕਰ ਲਿਆ ਇਹਨੇ ਹੁਣ ਖਤਮ ਕਰੋ ਅੱਛਾ ਖਾਲਸਾ ਜੀ ਔਰੰਗਜ਼ੇਬ ਨੂੰ ਅਸੀਂ ਸ਼ਸਤਰ ਨਾਲ ਨਹੀਂ ਮਾਰਨਾ ਚਾਹੁੰਦੇ ਅਸੀਂ ਸ਼ਬਦ ਨਾਲ ਮਾਰਨਾ ਹੈ ਚਲੋ ਕਾਗਜ਼ ਕਲਮ ਤੇ ਦਿਵਾਤ ਲਿਆਓ ਵਧੀਆ ਕਾਗਜ਼ ਮੰਗਾਇਆ ਜੇ ਤੇ ਚਿੱਠੀ ਲਿਖੀ ਜਾਂਦੀ ਹੈ ਲੰਮੀ ਚਿੱਠੀ ਲਿਖਣੀ ਸੀ ਜਿਹੜੇ ਪੁਰਾਣੇ ਜ਼ਮਾਨੇ ਚ ਪੱਤਰ ਗੋਲ ਹੋ ਜਾਂਦੇ ਸਨ ਤੁਸੀਂ ਵੇਖੇ ਹੋਣੇ ਐ ਇਦਾਂ ਕਾਗਜ਼ ਹੁੰਦਾ ਸੀ ਉਹ ਚਿੱਠੀ ਲਿਖਣ ਦਾ ਪਰਵਾਨੇ ਲਿਖਣ ਦਾ ਤਰੀਕਾ ਸੀ ਵਧੀਆ ਕਿਸਮ ਦਾ ਕਾਗਜ਼ ਕਲਮ ਦਵਾਤ ਸ਼ਾਈ ਬਣਾ ਕੇ ਪਾਤਸ਼ਾਹ ਘੋੜੇ ਤੇ ਚੜ੍ਹੇ ਦਿਨੇ ਕਾਂਗੜ ਪਿੰਡ ਦੀ ਜੂਹ ਵਿੱਚ ਛੇਵੇਂ ਪਾਤਸ਼ਾਹ ਵੀ ਆਏ ਸਨ ਉੱਥੇ ਉਹਨਾਂ ਦਾ ਸਥਾਨ ਸੀਗਾ ਬੜਾ ਪ੍ਰਾਤਨ ਬੋਰਡ ਅੱਜ ਵੀ ਹੈ ਉਸ ਬੋਰਡ ਦੇ ਲਾਗੇ ਜਾ ਕੇ ਸਤਿਗੁਰੂ ਛਾਵੇਂ ਝਿੜੀ ਚ ਬੈਠ ਜਾਂਦੇ ਸੀ ਦੁਪਹਿਰ ਵੇਲੇ ਖਾਸ ਸੇਵਾਦਾਰ ਇੱਕ ਦੋ ਨਾਲ ਜਾਂਦੇ ਸੀ ਰੌਲਾ ਰੱਪਾ ਨਹੀਂ ਸੀ ਹੁੰਦਾ ਸ਼ਾਂਤ ਹੁੰਦਾ ਸੀ ਮਾਹੌਲ ਉੱਥੇ ਬਹਿ ਕੇ ਬਾਣੀ ਲਿਖਣ ਲੱਗੇ ਨੇ ਸਤਿਗੁਰੂ ਔਰੰਗਜ਼ੇਬ ਨੂੰ ਇਹ ਚਿੱਠੀ ਲਿਖਦੇ ਨੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਮਹਾਨ ਦਸਤਾਵੇਜ਼ ਹੈ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਉਹ ਸਚਾਈਆਂ ਬਿਆਨ ਕਰ ਰਹੇ ਹੈ ਜਿਹੜੀਆਂ ਉਸ ਵੇਲੇ ਸਮਾਜ ਦੀਆਂ ਅੱਖਾਂ ਤੋਂ ਵਿਹੋਲੇ ਸਨ ਤੇ ਔਰੰਗਜ਼ੇਬ ਵੀ ਪੱਟੀ ਬੰਨੀ ਬੈਠਾ ਸੀ ਉਹਦੀਆਂ ਪੱਟੀਆਂ ਖੋਲ ਦਿਤੀਆਂ ਪਾਤਸ਼ਾਹ ਨੇ ਸੁਣੋ ਸਤਿਗੁਰੂ ਕਿਵੇਂ ਆਰੰਭ ਕਰਦੇ ਹਨ ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਵਾਹਿ ਗੁਰੂ ਸਾਹਿਬ ਜੀ ਫੇਰ ਆਖੋ ਸਤਨਾਮ ਸ੍ਰੀ ਵਾਹਿ ਹੈ ਸਾਹਿਬ ਜੀ ਇੱਕ ਓੰਕਾਰ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਭ ਤੋਂ ਪਹਿਲਾਂ ਮਹਾਰਾਜੇ ਲਿਖਦੇ ਇੱਕ ਹੈ ਵਾਹਿਗੁਰੂ ਸਾਰਿਆਂ ਦਾ ਬੀਜ ਹੈ ਬੀਜ ਤੋਂ ਬਿਨਾ ਕੋਈ ਚੀਜ਼ ਪੈਦਾ ਨਹੀਂ ਹੁੰਦੀ ਕੋਈ ਦਰਖਤ ਹੈ ਕੋਈ ਬੂਟਾ ਹੈ ਕੋਈ ਜੀਵ ਹੈ ਉਹਦਾ ਬੀਜ ਜ਼ਰੂਰੀ ਹੈ ਐਡਾ ਵੱਡਾ ਸੰਸਾਰ ਪੈਦਾ ਹੋ ਗਿਆ ਕਿੱਥੋਂ ਹੋਇਆ ਗੁਰੂ ਨਾਨਕ ਸਾਹਿਬ ਕਹਿੰਦੇ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਸੈਲ ਜੁਗ ਭਏ ਓੰਕਾਰ ਬੇਦ ਨਿਰਮਏ ਜੋ ਕੁਝ ਪੈਦਾ ਹੋਇਆ ਓੰਕਾਰ ਤੋਂ ਹੋਇਆ ਉਹ ਪੈਦਾ ਕਰਨ ਵਾਲਾ ਵੀ ਹੈ ਤੇ ਪਾਲਣਾ ਕਰਨ ਵਾਲਾ ਵੀ ਹੈ ਤੇ ਅੰਤ ਨੂੰ ਸਾਰਿਆਂ ਨੂੰ ਸਮੇਟਣ ਵਾਲਾ ਵੀ ਹੈ ਔਰ ਉਹ ਕੇਵਲ ਕਾਰ ਦਾ ਮਤਲਬ ਕੇਵਲ ਓਨਲੀ ਵਨ 2 3 4 ਨਹੀਂ ਹੈ ਇੱਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਇਕੋ ਹੈ ਪਾਈਕੋ ਹੈ ਸਾਇਬ ਮੇਰਾ ਇਕੋ ਉਹ ਜਿਹੜਾ ਇੱਕ ਓੰਕਾਰ ਹੈ ਉਹਨੇ ਹੀ ਸਾਨੂੰ ਪੈਦਾ ਕੀਤਾ ਉਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਉਹਨੇ ਚੰਦ ਸੂਰਜ ਪੈਦਾ ਕੀਤੇ ਨੇ ਉਹਨੇ ਹੀ ਸਾਰਾ ਗਿਆਨ ਧਿਆਨ ਪੈਦਾ ਕੀਤਾ ਹੈ ਉਹੀ ਸਾਰਿਆਂ ਦੀ ਪਾਲਣਾ ਕਰਦਾ ਹੈ ਰੋਜੀ ਰੋਟੀ ਦਿੰਦਾ ਹੈ ਸਭ ਨੂੰ ਥਾਂ ਥਾਂ ਤੇ ਟਿਕਾ ਕੇ ਤੇ ਸਾਰਿਆਂ ਨੂੰ ਸਮੇਟਦਾ ਵੀ ਉਹ ਹੈ ਆਦ ਅੰਤ ਇੱਕ ਹੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਉਹ ਇੱਕੋ ਹੀ ਹੈ ਔਰ ਭਾਈ ਉਹ ਪਰਮਾਤਮਾ ਜਿਹੜਾ ਹੈ ਉਹ ਉਹਦਾ ਹੁਕਮ ਸੱਤ ਹੈ ਪੜੋ ਜੀ ਹੁਕਮ ਸੱਤ ਹੁਕਮ ਸੱਤ ਹੈ ਉਹਦਾ ਹੁਕਮ ਨਹੀਂ ਕੋਈ ਮੇਟ ਸਕਦਾ ਉਹ ਪਰਮਾਤਮਾ ਵਾਹਿਗੁਰੂ ਦੀ ਆਗਿਆ ਨੂੰ ਕੋਈ ਨਹੀਂ ਮਿਟਾ ਸਕਦਾ ਜੋ ਉਹਨੇ ਕਰਨਾ ਉਹ ਹੋਣਾ ਜਿਹੜਾ ਉਹਨੇ ਨਹੀਂ ਕਰਨਾ ਉਹ ਨਹੀਂ ਹੋਣਾ ਸਭ ਨਹੀਂ ਛਾਲਾ ਮਾਰੀਆਂ ਕਰਤਾ ਕਰ ਇਸ ਹੋਏ ਹੁਕਮ ਸੱਤ ਦਾ ਮਤਲਬ ਹੈ ਪਰਮੇਸ਼ਰ ਦੀ ਆਗਿਆ ਅਟਲ ਹੈ ਹੁਕਮ ਉਹਦਾ ਸੱਤ ਹੈ ਦੂਸਰਾ ਇਹਦਾ ਜੋ ਖਾਲਸੇ 'ਚ ਬੋਲਾ ਪ੍ਰਚਲਿਤ ਹੋਇਆ ਹੁਕਮ ਸੱਤ ਦਾ ਜਦੋਂ ਕੋਈ ਮਰ ਜਾਵੇ ਚੜ੍ਹਾਈ ਕਰ ਜਾਵੇ ਉਦੋਂ ਕਹਿੰਦੇ ਆ ਵੀ ਹੁਕਮ ਸੱਤ ਹੋ ਗਿਆ ਕਿਉਂਕਿ ਇਹ ਜਦੋਂ ਮਹਾਰਾਜ ਨੇ ਉਹਨੂੰ ਲਿਖਿਆ ਇਸ਼ਾਰਾ ਕਰ ਦਿੱਤਾ ਔਰੰਗਜ਼ੇਬ ਨੂੰ ਵੀ ਜਿਹੜਾ ਹੁਕਮ ਦਰਗਾਹ ਦਾ ਉਹ ਸੱਤਾਂ ਉਹ ਤਗੜਾ ਹੋ ਜਾ ਹੁਕਮ ਆ ਗਿਆ ਔਰ ਟਾਲ ਹੁਕਮ ਆ ਗਿਆ ਹੁਣ ਤੂੰ ਬਚ ਨਹੀਂ ਸਕਦਾ ਹਾਂਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਫਤਿਹ ਇਹ ਬੋ ਬਾਣੀ ਦਸਮ ਦੀ ਵਿੱਚ ਮੰਗਲ ਹੈ ਆਦਿ ਗੁਰੂ ਗ੍ਰੰਥ ਸਾਹਿਬ ਜੀ ਮੰਗਲ ਏਕ ਓੰਕਾਰ ਸਤਿਗੁਰ ਪ੍ਰਸਾਦ ਹੈ ਦਸਮ ਗੁਰਗ੍ਰੰਥ ਸਾਹਿਬ ਵਿੱਚ ੴ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਜਿੱਤ ਦੀ ਚੜ੍ਹਦੀ ਕਲਾ ਬੀਰਤਾ ਵਾਲਾ ਬੋਲਾ ਹੈ। ਜਦੋਂ ਮਹਾਰਾਜ ਦਸਵੇਂ ਪਾਸ਼ਾ ਭੰਗਾਣੀ ਦਾ ਜੰਗ ਜਿੱਤਿਆ ਸੀ ਉਦੋਂ ਸਿੰਘਾਂ ਨੇ ਵਧਾਈ ਦਿੱਤੀ ਮਹਾਰਾਜ ਤੁਹਾਡੀ ਜਿੱਤ ਹੋ ਗਈ। ਮਹਾਰਾਜ ਕਹਿਣ ਲੱਗੇ ਭਈ ਜਿੱਤ ਮੇਰੀ ਕਹਿੰਦੇ ਨਹੀਂ ਭਾਈ ਭੁਲੇਖਾ ਨਾ ਕਰਿਆ ਜੇ ਕਿਰਪਾ ਕਾਲ ਕੇ ਦੀ ਗਾਲ ਪੁਰਖ ਦੀ ਕਿਰਪਾ ਦੀ ਜਿੱਤ ਹੋਈ ਹੈ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਧਿਆ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਹੁਣ ਖਾਲਸਾ ਜਿਹੜੀ ਜੰਗ ਲੜੇਗਾ ਜਿਹੜੀ ਉਹਨੂੰ ਜਿੱਤ ਮਿਲੇਗੀ ਉਹ ਕਿਹਦੀ ਹੋਵੇਗੀ ਉਹ ਵੀ ਵਾਹਿਗੁਰੂ ਜੀ ਕੀ ਫਤਿਹ ਹੋਏਗੀ ਇਸ ਕਰਕੇ ਮਹਾਰਾਜ ਨੇ ਆਪਣੀ ਬਾਣੀ ਦਸਮ ਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਵੀ ਲਿਖਿਆ ੴ ਸਤਿਗੁਰ ਪ੍ਰਸਾਦਿ ਵੀ ਲਿਖਿਆ ਜਾਪ ਸਾਹਿਬ ਦੇ ਪਹਿਲਾਂ ਤੇ ਅੱਗੇ ਬਾਣੀਆਂ ਜਿੱਥੇ ਮਹਾਰਾਜ ਨੇ ਹੋਰ ਲਿਖੀਆਂ ਉੱਥੇ ੴ ਵਾਹਿਗੁਰੂ ਜੀ ਕੀ ਫਤਿਹ ਵੀ ਲਿਖੀ ਵਾਹਿਗੁਰੂ ਜੀ ਕੀ ਫਤਿਹ ਦਾ ਮਤਲਬ ਹੈ ਵਾਹਿਗੁਰੂ ਪਰਮਾਤਮਾ ਦੀ ਹਰ ਮੈਦਾਨ ਜਿੱਤ ਹੁੰਦੀ ਹੈ ਸਚਾਈ ਦੀ ਹਰ ਜਗ੍ਹਾ ਜਿੱਤ ਹੁੰਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਹੋ ਸਾਡੀ ਉਸ ਵਾਹਿਗੁਰੂ ਨੇ ਫਤਿਹ ਕਰ ਦਿੱਤੀ ਐ ਮੋਰਚੇ ਫਤਿਹ ਹੋ ਗਏ ਸੀ ਜਿੱਤ ਗਏ ਸਤ ਸਿੰਘ ਜੀ ਇੱਕ ਗੱਲ ਹੋਰ ਜਿੱਤ ਦੀ ਚਿੱਠੀ ਉਹ ਉਹਨਾਂ ਦਿਨਾਂ ਚ ਇੱਕ ਰਿਵਾਜ ਸੀ ਦੋ ਧੜੇ ਲੜਦੇ ਸਨ ਜਿਹੜਾ ਹਾਰ ਜਾਂਦਾ ਸੀ ਜਿੱਤਣ ਵਾਲਾ ਧੜਾ ਹਾਰੇ ਵਾਲ ਇੱਕ ਚਿੱਠੀ ਲਿਖਦਾ ਸੀ ਵੀ ਤੁਸੀਂ ਆਰ ਗਏ ਹੋ ਅਸੀਂ ਜਿੱਤ ਗਏ ਹਾਂ ਹੁਣ ਤੁਸੀਂ ਸਾਡੀ ਈਨ ਮੰਨ ਲਓ ਜੇ ਦੇਖਿਆ ਜਾਵੇ ਦੁਨਿਆਵੀ ਪੱਖ ਤੋਂ ਤਾਂ ਸ੍ਰੀ ਚਮਕੌਰ ਸਾਹਿਬ 40 ਦੇ 40 ਸਿੰਘ ਸ਼ਹੀਦ ਹੋ ਗਏ ਨੇ ਸਾਬ ਜਾਦੇ ਸ਼ਹੀਦ ਹੋ ਗਏ ਨੇ ਸਤਗੁਰਾਂ ਦੇ ਬਾਜ ਘੋੜੇ ਵੀ ਵਿਛੜ ਗਏ ਨੇ ਪਰ ਚਿੱਠੀ ਮਹਾਰਾਜ ਲਿਖ ਰਿਹਾ ਜਿੱਤ ਦੀ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਹੈ ਵੀ ਅਸੂਲਨ ਗੁਰੂ ਸਾਹਿਬ ਜਿੱਤ ਗਏ ਅੱਗੇ ਗੱਲ ਖੁੱਲ ਜਾਣੀ ਹੈ ਔਰੰਗਜੀਬ ਇਖਲਾਕੀ ਤੌਰ ਤੇ ਹਾਰ ਗਿਆ ਕਿਉਂਕਿ ਉਹ ਝੂਠੀਆਂ ਕਸਮਾਂ ਪਾ ਕੇ ਗੁਰੂ ਸਾਹਿਬ ਨੂੰ ਬਾਹਰ ਲਿਆਇਆ ਸੀ ਜਿਹੜੇ ਉਹਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਪੂਰਾ ਨਹੀਂ ਉਤਰਿਆ ਹਾਰ ਗਿਆ ਉਹਨੇ ਧੋਖੇ ਨਾਲ ਲੜਾਈ ਫਤਿਹ ਕਰਨੀ ਚਾਹੀ ਹੈ ਪਰ ਮਹਾਰਾਜ ਕਹਿੰਦੇ ਇਦਾਂ ਨਹੀਂ ਹੈ ਲੜਾਈ ਖਤਮ ਹੋਈ ਹੁਣ ਅੱਗੇ ਮਹਾਰਾਜ ਲਿਖਦੇ ਹਨ ਜਫਰਨਾਮਾ ਜਫਰਨਾਮਾ ਲਿਖਦੇ ਜਿੱਤ ਦੀ ਚਿੱਠੀ ਹੈ ਜੰਗ ਦੇ ਵਿੱਚ ਜਿਹੜਾ ਜਿੱਤ ਜਾਵੇ ਉਹ ਲਿਖਿਆ ਕਰਦਾ ਜਫਰਨਾਮਾ ਸ੍ਰੀ ਮੁਖ ਬਾਕ ਪਾਦਸ਼ਾਹੀ ਦਸਵੀਂ ਸ੍ਰੀ ਮੁਖ ਬਾਕ ਪਾਦਸ਼ਾਹੀ ਦਸਵੀਂ ਇਹ ਸ੍ਰੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਿਰਲੇਖ ਦਿੱਤਾ ਸੀ ਜਦੋਂ ਦਸਮ ਦੀ ਬਾਣੀ ਲਿਖੀ ਸੀ ਉਹਨਾਂ ਨੇ ਜਿੱਥੇ ਬਾਣੀ ਰੰਮ ਹੁੰਦੀ ਉੱਥੇ ਸ੍ਰੀ ਮੁਖਵਾਕ ਪਾਛੀ ਦਸਵੀਂ ਕਰਕੇ ਵੀ ਮਹਾਰਾਜ ਕਲਗੀਧਰ ਜੀ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਇਹ ਮਹਾਰਾਜ ਦਸਮ ਪਾਤਸ਼ਾਹ ਬਾਣੀ ਉਚਾਰਨ ਕਰ ਰਹੇ ਹਨ ਕਲਗੀਧਰ ਪਿਤਾ ਜੀ ਕਮਾਲੇ ਕਰਾਮਾਤ ਕਾਇਮ ਕਰੀਮ ਮਹਾਰਾਜ ਦੀ ਛੰਦਾਬੰਦੀ ਵੀ ਕਮਾਲ ਦੀ ਹੈ ਸਾਧ ਸੰਗਤ ਜੀ ਅਲੰਕਾਰਾਂ ਦੇ ਛੰਦਾਂ ਦੇ ਕਵਿਤਾ ਦੇ ਬਾਦਸ਼ਾਹ ਸਨ ਗੁਰੂ ਗੋਬਿੰਦ ਸਿੰਘ ਸਾਹਿਬ 300 ਕਿਸਮ ਦੇ ਛੰਦ ਵਰਤੇ ਦਸਮ ਦੀ ਬਾਣੀ ਵਿੱਚ 300 ਕਿਸਮ ਦੇ ਮਦਪਾਰ ਛੰਦ ਚਾਚਰੀ ਛੰਦ ਪਚੰਗ ਪ੍ਰਯਾਤ ਛੰਦ ਸੰਗੀਤ ਪਚੰਗ ਪ੍ਰਯਾਤ ਛੰਦ ਸਵਈਆ ਕਵਿਤ ਹੋਲਾ ਛੰਦ ਹੋਹਾ ਛੰਦ ਚੌਬੋਲਾ ਛੰਦ ਸੈਂਕੜੇ ਕਿਸਮ ਦੇ ਛੰਦ ਸਨ ਮਹਾਰਾਜ ਦੇ ਕਿਰਪਾਨ ਕਿਰਤ ਚੰਦ ਤਰਨਨਨ ਤੀਰੰ ਬਿਰਡਨਨ ਬੀਰੰ ਤੇ ਤ੍ਰਿੜਕਾ ਚੰਦ ਤ੍ਰਿੜੜ ਤਾਜੀ ਬਿਰੜੜ ਬਾਜੀ ਉਹ ਤਿੰਨ ਤਿੰਨ ਵਾਰੀ ਡਾੜਾ ਡਾੜਾ ਹੀ ਆਈ ਜਾਂਦਾ ਬੋਲਣਾ ਵੀ ਔਖਾ ਹੈ ਅੱਜ ਜਿਹੜੇ ਵੀਰ ਦਸਮ ਦੇ ਉੱਤੇ ਸ਼ੰਕਾ ਕਰਦੇ ਉਹਨਾਂ ਨੂੰ ਕਹੋ ਵੀ ਪੜ ਕੇ ਤਾਂ ਸੁਣਾਓ ਜਰਾ ਦਸਮ ਦੀ ਬਾਣੀ ਫਿਰ ਤੁਹਾਨੂੰ ਪੁੱਛਾਂਗੇ ਵੀ ਤੁਸੀਂ ਵਿਦਵਾਨ ਹੋ ਨਮਸਕਾਰ ਕਰੀਏ ਤੁਹਾਨੂੰ ਵੀ ਤੁਸੀਂ ਦਸਮ ਦੀ ਬਾਣੀ ਪੜ੍ਹਨੀ ਜਾਣਦੇ ਹੋ ਖਾਲਸਾ ਜੀ ਬਿਨਾ ਮਤਲਬ ਦੇ ਸ਼ੰਕਾ ਕਰ ਦੇਣਾ ਬਿਨਾ ਆਧਾਰ ਦੇ ਇਹ ਅਗਿਆਨਤਾ ਵਾਲਾ ਕਰਮ ਹੈ ਇਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੁਣ ਮਹਾਰਾਜ ਦੇਖੋ ਕੱਕੇ ਅੱਖਰ ਨਾਲ ਚਾਰ ਅੱਖਰ ਨੇ ਪਹਿਲੀ ਪੰਗਤੀ ਹੈ ਤੁਸੀਂ ਨੋਟ ਕਰੋ ਕਮਾਲੇ ਕਰਾਮਾਤ ਕਾਇਮ ਕਰੀਂ ਰੱਬ ਦੇ ਨਾਮ ਲੈ ਰਹੇ ਔਰੰਗਜ਼ੇਬ ਨੂੰ ਮੁਖਾਤਬ ਹੋਣ ਤੋਂ ਪਹਿਲਾਂ ਉਹ ਰੱਬ ਦਾ ਨਾਮ ਲੈਣਾ ਜ਼ਰੂਰੀ ਹੈ ਉਹਦੀ ਵਡਿਆਈ ਦੱਸਣੀ ਕਮਾਲੇ ਵੀ ਕੱਕੇ ਤੋਂ ਐ ਤੇ ਕਰਾਮਾਤ ਵੀ ਕੱਕੇ ਤੋਂ ਐ ਤੇ ਕਾਇਮ ਵੀ ਕੱਕੇ ਤੋਂ ਐ ਤੇ ਕਰੀਮ ਵੀ ਕੱਕੇ ਤੋਂ ਐ ਅਗਲੀ ਪੰਕਤੀ ਰਾਰੇ ਤੋਂ ਹੀ ਆਏਗੀ ਸਾਰੀ ਇਹ ਛੰਦਾ ਦੀ ਕਮਾਲ ਹੋਵੇ ਦੇ ਦੰਗ ਰਹਿ ਗਿਆ ਸੀ ਕਹਿੰਦਾ ਮੈਂ ਬੜੇ ਬੜੇ ਕਾਫ ਪੜੇ ਨੇ ਬੜੀਆਂ ਬੜੀਆਂ ਕਿਤਾਬਾਂ ਪੜੀਆਂ ਨੇ ਬਹੁਤ ਵਿਦਵਾਨ ਸੀ ਔਰੰਗਜ਼ੇ ਬਹੁਤ ਜਿਆਦਾ ਪੜਿਆ ਲਿਖਿਆ ਸੀ ਪਰ ਕਹਿੰਦਾ ਆਹ ਚੀਜ਼ ਨਹੀਂ ਮੈਂ ਕਿਤੇ ਪੜੀ ਵੀ ਕਮਾਲ ਹੀ ਐ ਲਿਖਣ ਦਾ ਢੰਗ ਕਮਾਲ ਦਾ ਹੈ ਛੰਦਾ ਬੰਦੀ ਕਮਾਲ ਦੀ ਹੈ ਔਰ ਸ਼ਬਦਾਂ ਦਾ ਇਹ ਜੋੜ ਕਮਾਲ ਦਾ ਹੈ ਸ਼ਬਦਾਂ ਦਾ ਅਨੁਪਰਾਸ ਕਮਾਲ ਦਾ ਹੈ ਅਲੰਕਾਰ ਕਮਾਲ ਦਾ ਕਮਾਲੇ ਕਰਾ ਮਾਤ ਕਾਇਮ ਕਰੀਮ ਉਹ ਪਰਮਾਤਮਾ ਕਮਲ ਹੈ ਪੂਰਾ ਹੈ ਕਰਾ ਮਾਤਾ ਉਹਦੀਆਂ ਕਮਾਲ ਦੀਆਂ ਨੇ ਉਹਦੀਆਂ ਕਰਾ ਮਾਤਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵਾ ਹੈ ਧਰਤੀ ਤੇ ਆਕਾਸ਼ ਚੜਾਵਾ ਚੜੇ ਆਕਾਸ਼ ਗਿਰਾਵਾ ਉਹਦਾ ਇੱਕ ਛਿੰਨ ਦੇ ਵਿੱਚ ਕੁਝ ਦਾ ਕੁਝ ਕਰ ਦਿੰਦਾ ਕਰਾਮਾਤਾਂ ਦਾ ਉਹ ਖਜ਼ਾਨਾ ਹੈ ਉਹਦੀਆਂ ਸ਼ਕਤੀਆਂ ਉਹਦੀਆਂ ਪਾਵਰਾਂ ਉਹਦੀਆਂ ਤਾਕਤਾਂ ਦਾ ਕੋਈ ਅੰਤ ਨਹੀਂ ਕਾਇਮ ਸਦਾ ਹੀ ਕਾਇਮ ਦائم ਰਹਿੰਦਾ ਕਦੀ ਬੁੱਢਾ ਨਹੀਂ ਹੁੰਦਾ ਕਦੀ ਮਰਦਾ ਨਹੀਂ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਪੋ ਕਾਇਮ ਆਪਾਂ ਸਦਾ ਕਾਇਮ ਨਹੀਂ ਰਹਿਣਾ ਸਾਡੇ ਮਾਪੇ ਕਾਇਮ ਨਹੀਂ ਰਹੇ ਇਸ ਧਰਤੀ ਤੇ ਕੋਈ ਕਾਇਮ ਨਹੀਂ ਰਿਹਾ ਕਾਇਮ ਹੁੰਦਾ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀਸਾਚ ਨਾਨਕ ਹੋਸੀ ਭੀਸਾਚ 100 ਸਾਲ ਪਹਿਲਾਂ ਸਾਡੇ ਚ ਕੋਈ ਨਹੀਂ ਸੀ ਮੈਂ 50 ਸਾਲ ਪਹਿਲਾਂ ਵੀ ਕੋਈ ਨਹੀਂ ਸੀ ਆਉਣ ਵਾਲੀ ਘੜੀ ਨੂੰ ਹੋਣਾ ਕਿ ਨਹੀਂ ਹੋਣਾ ਆਉਣ ਵਾਲੇ 100 ਸਾਲਾਂ ਜੋ ਸਾਡੇ ਚ ਕੋਈ ਵੀ ਨਹੀਂ ਹੋਣਾ ਪਰ ਪ੍ਰਮਾਤਮਾ ਅੱਜ ਤੋਂ ਕਰੋੜਾਂ ਯੁੱਗ ਪਹਿਲਾਂ ਵੀ ਸੀ ਅਰਬਾਂ ਯੁੱਗ ਪਹਿਲਾਂ ਵੀ ਸੀ ਤੇ ਅਰਬਾਂ ਯੁੱਗ ਅੱਗੇ ਵੀ ਰਹੇਗਾ ਉਹ ਕਦੀ ਖਤਮ ਨਹੀਂ ਹੋਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਾਇਮ ਕਰੀਮ ਕਰੀਮ ਦਾ ਕਿਰਪਾ ਕਰਨ ਵਾਲਾ ਹੈ ਕਰਮ ਕਰਨ ਵਾਲਾ ਹੈ ਬਖਸ਼ਿਸ਼ ਕਰਨ ਫਾਰਸੀ ਦੇ ਇਹ ਪਰਸ਼ੀਅਨ ਦੇ ਸ਼ਬਦ ਹਨ ਗੁਰੂ ਸਾਹਿਬ ਫਾਰਸੀ ਦੇ ਕਵੀ ਸਨ ਬਹੁਤ ਵੱਡੇ ਬ੍ਰਿਜ ਭਾਸ਼ਾ ਦੇ ਬਹੁਤ ਵੱਡੇ ਪੰਜਾਬੀ ਦੀ ਚੰਡੀ ਵਾਰ ਪੜ ਲਓ ਕਮਾਲ ਕੀਤੀ ਹੈ ਉਮੜ ਲੱਥੇ ਜੋਦੇ ਮਾਰੂ ਬਜਿਆ ਬੱਦਲ ਜਿਉ ਮਹਿਕਾ ਸੁਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਥੋਂ ਭਜਿਆ ਕੌਣ ਵਿਚਾਰੀ ਦੁਰਗਾ ਜਨਨ ਸੱਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਉਹ ਪੰਜਾਬੀ ਹੈ ਤੇ ਜੇ ਸਾਧ ਸੰਗਤ ਦੀ ਫਾਰਸੀ ਚ ਸਵਈਆ ਪੜਨਾ ਹੋਵੇ ਉਹ ਕੱਲੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਦੁਨੀਆਂ 'ਚ ਫਾਰਸੀ 'ਚ ਕੋਈ ਸਵਈਆ ਨਹੀਂ ਲਿਖ ਸਕਿਆ। ਸਵਈਆ ਛੰਦ ਹੈ ਉਹ ਬਿਰਜ ਭਾਸ਼ਾ 'ਚ ਤਾਂ ਲਿਖਿਆ ਜਾਂਦਾ ਪਰ ਫਾਰਸੀ 'ਚ ਨਹੀਂ ਲਿਖਿਆ ਜਾਂਦਾ। ਕ੍ਰਿਸ਼ਨ ਅਵਤਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਫਾਰਸੀ 'ਚ ਸਵਈਆ ਲਿਖਿਆ ਜਦੋਂ ਅਫਰੀਕਾ ਦਾ ਰਹਿਣ ਵਾਲਾ ਬਾਦਸ਼ਾਹ ਹਿੰਦੁਸਤਾਨ ਤੇ ਹਮਲਾ ਕਰਕੇ ਆਇਆ ਸੀ ਜਿਹਦਾ ਨਾਮ ਸੀ ਕਾਲ ਜਮਨ ਉਹ ਕ੍ਰਿਸ਼ਨ ਭਗਵਾਨ ਨਾਲ ਲੜਿਆ ਸੀ। ਕ੍ਰਿਸ਼ਨ ਨੂੰ ਉਹਨੇ ਲਲਕਾਰਾ ਮਾਰਿਆ ਸੀ ਫਾਰਸੀ 'ਚ ਮਾਰਿਆ ਸੀ। ਗੁਰੂ ਗਬਨ ਸਿੰਘ ਨੇ ਉਹਦੀ ਬੋਲਨੀ ਚ ਲਿਖਿਆ ਜੰਗਦ ਰਾਇਦ ਕਾਲ ਜਮਨ ਬਗੋਇਦ ਕੀ ਮਨ ਫੌਜ ਕੋ ਸਾਹਮ ਜੰਗ ਦੇ ਮੈਦਾਨ ਚ ਆ ਕੇ ਕਹਿਣ ਲਗਾ ਮੈਂ ਫੌਜਾਂ ਦਾ ਪਾਤਸ਼ਾਹ ਆ ਆ ਮੇਰੇ ਸਾਹਮਣੇ ਜੰਗਦ ਰਾਇਦ ਕਾਲ ਜਮਨ ਬਗੋਇਦ ਕੀ ਮਨ ਫੌਜ ਕੋ ਸਾਹਮ ਬਾ ਮਨ ਜੰਗ ਬਗੋ ਕੋ ਨੂੰ ਬਿਆ ਹਾਰ ਗਏ ਦਿਲ ਵੋ ਨਾ ਜਰਾ ਕੋ ਨੂੰ ਵਾਹਮ ਦਿਲ ਚ ਵਹਿਮ ਨਾ ਕਰ ਮੈਂ ਤੈਨੂੰ ਖੁਸ਼ ਕਰ ਦਿਆਂਗਾ ਲੜਾਈ ਚ ਵੀ ਜੰਗ ਕਰੇਗਾ ਨਾ ਮੇਰੇ ਨਾਲ ਤੇ ਖੁਸ਼ ਹੋਏਗਾ ਵੇਖੇਗਾ ਵੀ ਕੋ ਉਹ ਬਰਾਬਰ ਦੀ ਟੱਕਰ ਹੋਈ ਐ ਰੋਜ ਮੈਂ ਆ ਦੁਨੀਆ ਅਫਤਾਬਮ ਸ਼ਾਮ ਸਵੇ ਅਦਲੀ ਸਭ ਸਾਹਮ ਦਿਨ ਦੇ ਵਿੱਚ ਤੇ ਮੈਂ ਸੂਰਜ ਆ ਤੇ ਰਾਤ ਦਾ ਮੈਂ ਚੰਦਰਮਾ ਆ ਕਾਨ ਗੁਰੇ ਜੀ ਮੁਕੰਨ ਤੋਂ ਵਿਆਹ ਖੁਸ਼ ਮਾਤ ਕੁਨੇਮ ਦੇ ਜੰਗ ਗੁਨਾਹ ਆ ਹਾਂ ਤੈਨੂੰ ਖੁਸ਼ ਕਰਾਂਗਾ ਕ੍ਰਿਸ਼ਨ ਆ ਮੇਰੇ ਨਾਲ ਤੇ ਤੁਸੀਂ ਕਾਲ ਜਮਨ ਦਾ ਜ਼ਿਕਰ ਗੁਰਗੰਸਾ ਚ ਪੜਦੇ ਹੋ ਨਾ ਰਕਤ ਬੀਜ ਕਾਲ ਨੇਮ ਬਿਦਾਰੇ ਉਹ ਕਾਲ ਜਮਨ ਜਿਹੜਾ ਸੀ ਉਨੇ ਇਹ ਬੋਲਿਆ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨੂੰ ਛੰਦਾਂ 'ਚ ਲਿਆ ਕੇ ਸਵਈਏ 'ਚ ਪੇਸ਼ ਕੀਤਾ ਦਸਵੇਂ ਪਾਤਸ਼ਾਹ ਨੇ ਐਸੇ ਸੁੰਦਰ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇਖੋ ਸ਼ਬਦਾਂ ਦੀ ਜੜਤ ਕਿਵੇਂ ਜੜ ਰਹੀ ਹੈ ਜਿਵੇਂ ਹੀਰੇ ਜੜਨੇ ਕਮਾਲੇ ਕਰਾਮਾਤ ਕਾਇਮ ਕਰੀਮ ਕਹਿੰਦੇ ਕਰਾਮਾਤਾਂ ਦਾ ਪੂਰਨ ਭੰਡਾਰਾ ਅਕਾਲ ਪੁਰਖ ਹੈ ਸਰਬ ਸ਼ਕਤੀਆਂ ਦਾ ਮਾਲਕ ਅਕਾਲ ਪੁਰਖ ਹੈ ਉਹ ਕਾਇਮ ਦائم ਹੈ ਉਹ ਮੇਹਰਾਂ ਦਾ ਸਾਈਂ ਹੈ ਉਹ ਸਭ ਦੇ ਉੱਤੇ ਕਰਮ ਬਖਸ਼ਿਸ਼ ਕਰਦਾ ਹੈ ਰਜ਼ਾ ਬਖਸ਼ ਓਏ ਰਾਜਕ ਰਹਾ ਕੁਨ ਰਹੀਮ ਹੁਣ ਰਾਰਾ ਅਖਰੀ ਆ ਗਿਆ ਸੁਣ ਲੋ ਰਜ਼ਾ ਬਖਸ਼ ਰਾਜਕ ਰਹਾ ਕੁਨ ਰਹੀਮ ਇਰਾਰਾ ਹੀ ਹੈ ਰਜ਼ਾ ਬਖਸ਼ ਉਹ ਵਾਹਿਗੁਰੂ ਆਪਣੀ ਬਖਸ਼ਿਸ਼ਾਂ ਆਪਣੀ ਰਜ਼ਾ ਦੇ ਵਿੱਚ ਕਰਦਾ ਹੈ ਜਿਹਦੇ ਟੁੱਟਦਾ ਹੈ ਨਾ ਉਹਦੇ ਕੋਈ ਕਮੀਆਂ ਨਹੀਂ ਰਹਿਣ ਦਿੰਦਾ ਉਦਿਆਂ ਸਾਰਿਆਂ ਹੀ ਭੁੱਖਾ ਗਵਾ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਪੂਰਨ ਕਾਲਪੁਰਖ ਵਾਹਿਗੁਰੂ ਆਪਣੇ ਮਰਜ਼ੀ 'ਚ ਆਪਣੇ ਭਾਣੇ ਵਿੱਚ ਖੇਡਾਂ ਖੇਡਦਾ ਹੈ ਜਿਹਦੇ ਤੇ ਨਿਗਾਹ ਕਰਦਾ ਉਹਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਉਹਨੀਆਂ ਨੌ ਨਿਧੀਆਂ 18 ਸਿੱਧੀਆਂ ਉਹਦੇ ਪਿੱਛੇ ਲਗੀਆਂ ਫਿਰਦੀਆਂ ਉਹ ਬੰਦੇ ਦੇ ਜਿਹਦੇ ਵੱਲ ਉਹਦੀ ਨਿਗਾਹ ਹੋ ਜਾਂਦੀ ਹੈ ਰਾਜ਼ਕ ਰਿਜ਼ਕ ਦੇਣ ਵਾਲੇ ਨੂੰ ਕਹਿੰਦੇ ਆ ਫਾਰਸੀ ਚ ਰਿਜ਼ਕ ਵੀ ਫਾਰਸੀ ਦਾ ਹੀ ਸ਼ਬਦ ਹੈ ਤੇ ਰਾਜ਼ਕ ਰਿਜ਼ਕ ਦੇਣ ਵਾਲਾ ਆ ਦੁਨੀਆ ਦੇ ਜਿੰਨੇ ਲੋਕ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਮੱਛਰ ਤੋਂ ਲੈ ਕੇ ਗਰੜ ਤੱਕ ਸਾਰੇ ਉਹਦਾ ਦਿੱਤਾ ਹੀ ਖਾਂਦੇ ਨੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਰਾਜਕ ਹੈ ਰਿਜ਼ਕ ਦੇਣ ਵਾਲਾ ਹੈ ਰਿਹਾਕੁਨ ਉਹ ਪ੍ਰਮਾਤਮਾ ਸਾਰਿਆਂ ਨੂੰ ਰਿਹਾਈ ਦੇਣ ਵਾਲਾ ਵੀ ਹੈ ਰਿਹਾਕੁਨ ਰਹੀਂ ਰਿਹਾਕੁਨ ਦਾ ਅਰਥ ਹੈ ਰਿਹਾਈ ਦੇਣੀ ਕੋਈ ਜੇਲ੍ਹ ਚ ਪਿਆ ਹੋਵੇ ਉਹਨੂੰ ਬਾਹਰ ਕੱਢੋ ਤੇ ਆਪਾਂ ਫਾਰਸੀ ਵਾਲੇ ਜਾਂ ਪੰਜਾਬ ਵਾਲੇ ਕਹਿ ਦਿੰਦੇ ਆ ਵੀ ਰਿਹਾਈ ਹੋ ਗਈ ਹੈ ਬੰਦਾ ਜੇਲ੍ਹ ਤੋਂ ਬਾਹਰ ਆ ਗਿਆ ਇਹ ਸੰਸਾਰ ਉਪੀ ਜੇਲ੍ਹ 'ਚ ਸਾਰੇ ਹੀ ਫਸੇ ਹੋਏ ਆਪਾਂ ਸਾਰਿਆਂ ਨੂੰ ਹੱਥ ਕੜੀਆਂ ਲੱਗੀਆਂ ਨੇ ਮੋਹ ਦੇ ਬੰਧਨ ਪਏ ਹੋਏ ਨੇ ਮੋਹ ਦੀਆਂ ਹੱਥ ਕੜੀਆਂ ਨੇ ਮੇਰੇ ਬੱਚੇ ਮੇਰੀ ਪਤਨੀ ਮੇਰਾ ਘਰ ਮੇਰਾ ਸਰੀਰ ਮੇਰਾ ਸਮਾਜ ਮੇਰਾ ਪਰਿਵਾਰ ਜਕੜੇ ਪਏ ਆਪਾਂ ਇੱਕ ਵਾਰੀ ਅਸੀਂ ਹਜੂਰ ਸਾਹਿਬ ਗਏ ਤੇ ਉੱਥੇ ਬਾਬਾ ਪ੍ਰੇਮ ਸਿੰਘ ਜੀ ਦੇ ਬੜੇ ਮਹਾਂਪੁਰਸ਼ ਮਾਤਾ ਜੀ ਦੇ ਸਥਾਨ ਦੇ ਮਹੰਤ ਨੇ ਉਹਨਾਂ ਕੋਲ ਬੈਠੇ ਪੰਜ ਸੱਤ ਸਿੰਘ ਤੇ ਸਾਡੇ ਜਿਕੇ ਬਜ਼ੁਰਗ ਕਹਿਣ ਲੱਗਾ ਜੀ ਮੈਂ ਨਾਮ ਬਾਣ ਦਾ ਅਭਿਆਸ ਤਾਂ ਕਰਦਾ ਨਿਤਨੇਮ ਕਰਦਾ ਮਨ ਨਹੀਂ ਲੱਗਦਾ ਤੇ ਬਾਬਾ ਜੀ ਕਹਿਣ ਲੱਗੇ ਭਾਈ ਮੋਹ ਛੱਡ ਦਿਓ ਮਹਾਪੁਰਸ਼ ਨੁਕਤੇ ਦੀ ਗੱਲ ਕਰਦੇ ਆ ਸਮਝ ਵਿਰਲਿਆਂ ਨੂੰ ਆਉਂਦੀ ਮੋਹ ਛੱਡ ਦਿਓ ਕਹਿੰਦਾ ਜੀ ਹੁਣ ਤਾਂ ਬੁੱਢੇ ਹੋ ਗਏ 80 ਸਾਲ ਤੇ ਹੁਣ ਕਾਹਦਾ ਮੋਹ ਹੈ ਛੱਡਿਆ ਹੀ ਐ ਮੋਹ ਤਾਂ ਉਹ ਕਹਿੰਦੇ ਫਿਰ ਇੰਜ ਕਰੋ ਬਾਬਾ ਜੀ ਸਾਡੇ ਕੋਲ ਇੱਥੇ ਹਜੂਰ ਸਾਹਿਬ ਰਹਿ ਜਾਓ ਕਹਿੰਦੇ ਰਹਿ ਤਾਂ ਜਾਂਦਾ ਜੀ ਦੋ ਮੱਝਾਂ ਰੱਖੀਆਂ ਹੋਈਆਂ ਘਰ ਉੱਥੇ ਪਾਣੇ ਪੈਂਦੇ ਹੁਣ ਵਸਾ ਸਾਗਰ ਜੀ ਗੱਲ ਇਹੀ ਐ ਵੀ ਬਾਣੀ ਚ ਮਨ ਕਿੱਥੇ ਲੱਗੇ ਮਨ ਤਾਂ ਸਾਡਾ ਸੰਸਾਰ ਦੇ ਧੰਦੇ ਆ ਜਾਏ ਮੋਹ ਰੇ ਛੱਡਦਾ ਉਹ ਮੋਹ ਕਰਕੇ ਅਸੀਂ ਫਸੇ ਹੋਏ ਆਂ ਬੰਧਨ ਪਏ ਹੋਏ ਨੇ ਉਹ ਬੰਦਰ ਕੌਣ ਕੱਟਦਾ ਅਕਾਲ ਪੁਰਖ ਦਾ ਨਾਮ ਰਿਹਾਈ ਰਹਾ ਕੁੰ ਰਹੀਮ ਤੇ ਰਹਿਮ ਕਰਦਾ ਦੁਨੀਆਂ ਦੇ ਵਿੱਚ ਕੋਈ ਬੰਦਾ ਗਲਤੀ ਕਰ ਲੇ ਆਪਾਂ ਕਹਿੰਨੇ ਇਹਨੂੰ ਵੱਢ ਦਈਏ ਇਹਨੂੰ ਮਾਰ ਦੇ ਇਹਨੂੰ ਖਾ ਜਾਈਏ ਖਤਮ ਕਰ ਦਈਏ ਇਹਨੂੰ ਬੱਚਾ ਗਲਤੀ ਕਰੇ ਮਾਪੇ ਇੱਕ ਦੋ ਵਾਰੀ ਵਾਰਨਿੰਗ ਦਿੰਦੇ ਆ ਤੀਜੀ ਵਾਰੀ ਕਹਿੰਦੇ ਆ ਜ ਵੀ ਇਹਨੂੰ ਤੇ ਬੇਦਖਲ ਕਰ ਦੇ ਉਹ ਇਹ ਨਹੀਂ ਬੰਦਾ ਬਣਨ ਵਾਲਾ ਅਦਾਲਤ ਵਿੱਚ ਜਾ ਕੇ ਕਚਹਿਰੀ ਜਾ ਕੇ ਨੋਟਿਸ ਕਢਾ ਦਿੰਦੇ ਆ ਵੀ ਮੇਰਾ ਬੱਚਾ ਮੇਰੇ ਕਹਣੇ 'ਚ ਨਹੀਂ ਮੇਰੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕੀਤਾ ਜਾਂਦਾ ਲੈਣ ਦੇਣ ਦਾ ਆਪ ਜ਼ਿੰਮੇਵਾਰ ਪਰ ਇਨਸਾਨ ਲੱਖਾਂ ਗਲਤੀਆਂ ਕਰਦਾ ਅਕਾਲ ਪੁਰਖ ਦੇ ਦਰਬਾਰ 'ਚੋਂ ਰਹਿਮ ਹੀ ਮਿਲਦਾ ਹੈ ਬੇਰਮੀ ਨਹੀਂ ਮਿਲਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਪਰਮੇਸ਼ਰ ਫੇਰ ਵੀ ਆਪਣੇ ਬੱਚੇ ਸਮਝ ਕੇ ਸਾਡੀਆਂ ਗੁਨਾਹ ਗਲਤੀਆਂ ਨੂੰ ਮਾਫ ਕਰਦਾ ਹੈ ਰਿਹਾ ਕੋ ਨ ਰਹੀਮ ਉਹ ਰਹਿਮ ਕਰਨ ਵਾਲਾ ਹੈ ਅਮਾਂ ਬਖਸ਼ ਬਖਸ਼ਿੰਦ ਉਹ ਦਸਤਗੀਰ ਉਹ ਪਰਮਾਤਮਾ ਇਮਾਨ ਬਖਸ਼ਣ ਵਾਲਾ ਹੈ ਇਮਾਨ ਜਿਹੜਾ ਸਾਡੇ ਕੋਲ ਇਮਾਨ ਹੈ ਨਾ ਧਰਮ ਸਾਡਾ ਨਹੀਂ ਹੈ ਰੱਬ ਦਾ ਦਿੱਤਾ ਹੋਇਆ ਜੇ ਨੂੰ ਰੱਬ ਇਮਾਨਦਾਰੀ ਬਖਸ਼ ਦਿੰਦਾ ਉਹ ਬੰਦਾ ਇਮਾਨਦਾਰ ਬਣਦਾ ਜੇ ਨੂੰ ਬੇਈਮਾਨੀ ਬਣਾਉਂਦਾ ਉਹ ਬੇਈਮਾਨੀ ਚ ਲੱਗਾ ਰਹਿੰਦਾ ਇਸ ਕਰਕੇ ਰੱਬ ਤੋਂ ਇਮਾਨ ਦੀ ਮੰਗ ਕਰੀਏ ਸੱਚੇ ਪਾਤਸ਼ਾਹ ਰਹਿਮ ਕਰ ਸਾਨੂੰ ਇਮਾਨ ਦੇ ਦੇ ਅਮਾ ਬਖਸ਼ ਉਹ ਵਾਇਗੁਰੂ ਧਰਮ ਦੇਣ ਵਾਲਾ ਹੈ ਇਮਾਨ ਦੇਣ ਵਾਲਾ ਹੈ ਔਰ ਇਮਾਨਦਾਰਾਂ ਨੂੰ ਬਖਸ਼ਣ ਵਾਲਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਧਰਮੀ ਬੰਦਿਆਂ ਤੇ ਉੱਤੇ ਬਖਸ਼ਿਸ਼ ਹੈ ਉਹਦੀ ਬਖਸ਼ਿੰਦ ਉਹ ਸਦਾ ਹੀ ਖਿਮਾ ਕਰਨ ਵਾਲਾ ਹੈ ਤੇ ਦਸਤਗੀਰ ਦਾ ਮਤਲਬ ਬਾਹ ਫੜਨ ਵਾਲਾ ਹੈ ਦਸਤ ਮੈਨੇ ਹੱਥ ਬਾਹ ਜਿਹਦੀ ਕੋਈ ਬਾਹ ਨਹੀਂ ਫੜਦਾ ਦੁਨੀਆ ਵਿੱਚ ਆਖੋ ਵਾਹਿਗੁਰੂ ਉਹਦੀ ਬਾਹ ਮੇਰਾ ਸਤਿਗੁਰੂ ਫੜਦਾ ਹੈ ਜਿਸ ਕਾ ਨਾਹੇ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਔਰੰਗਜੇਬ ਬਾਦਸ਼ਾਹ ਦੇ ਦਰਬਾਰ 'ਚ 1400 ਪੜੇ ਲਿਖੇ ਬੰਦੇ ਸਨ। ਔਰੰਗਜੇਬ ਨੇ ਇੱਕ ਕੁਰਾਨ ਦੀ ਡੂੰਗੀ ਆਇਤ ਦੇ ਅਰਥ ਪੁੱਛੇ 1400 ਨੇ ਦੱਸੇ ਪਰ ਔਰੰਗਜੇਬ ਦੀ ਤਸੱਲੀ ਨਾ ਹੋਈ। ਆਪਣੇ ਲੜਕੇ ਨੂੰ ਕਹਿਣ ਲੱਗਾ ਕਾਕਾ ਤੂੰ ਬੜਾ ਪੜਿਆ ਲਿਖਿਆ ਬਣਦਾ ਤੂੰ ਸੁਣਾਈ ਕੱਲ ਨੂੰ ਅਰਥੇ ਦੇ। ਉਹ ਵਿਚਾਰਾ ਘਰ ਆ ਗਿਆ ਆਪਣੇ ਦਫ਼ਤਰ 'ਚ ਸੋਚਾਂ 'ਚ ਬੈਠਾ ਜਿਹਦਾ ਨਾਂ ਸੀ ਸ਼ਹਿਜ਼ਾਦਾ ਮੁਜ਼ਮ ਬਹਾਦਰ ਸ਼ਾ ਬਾਅਦਚ ਬਾਦਸ਼ਾਹ ਬਣਿਆ। ਪਰੇਸ਼ਾਨ ਜਿਆ ਭਾਈ ਆਨੰਦ ਲਾਲ ਜੀ ਉਹਦੇ ਕੋਲ ਮੁਨਸ਼ੀ ਲਗੇ ਮੀਰ ਮੁਨਸ਼ੀ ਉਹਨੂੰ ਦੇਖ ਕੇ ਕਹਿਣ ਲੱਗੇ ਕਿ ਸ਼ਾਇਦਾ ਤੁਸੀਂ ਅੱਜ ਪਰੇਸ਼ਾਨ ਕਿਉਂ ਉਹ ਕਹਿਣ ਲੱਗਾ ਆਨੰਦ ਲਾਲ ਜੀ ਪਰੇਸ਼ਾਨੀ ਬੜੀ ਵੱਡੀ ਮੇਰੇ ਪਿਓ ਨੇ ਕੁਰਾਨ ਦੇ ਅਰਥ ਪੁੱਛਿਆ ਆ ਪੰਗਤੀ ਦੇ ਮੈਨੂੰ ਨਹੀਂ ਸਮਝ ਆ ਰਹੇ 1400 ਬੰਦਿਆਂ ਨੂੰ ਨਹੀਂ ਆਏ ਮੈਨੂੰ ਕੀ ਆਣੇ ਐਡੇ ਐਡੇ ਵਿਦਵਾਨਾਂ ਕਾਜੀ ਮੋਲਾਣਿਆਂ ਨੂੰ ਨਹੀਂ ਆਏ ਉਹਨਾਂ ਦੀ ਗੱਲ ਤੇ ਮੇਰਾ ਪਿਓ ਨਹੀਂ ਰੱਜਿਆ ਮੇਰੀ ਤੇ ਕੀ ਕਰੇਗਾ ਭਾਈ ਨੰਦ ਲਾਲ ਕਹਿੰਦੇ ਲਿਆਓ ਮੈਨੂੰ ਦਿਖਾਓ ਜਰਾ ਉਹਨਾਂ ਨੇ ਦੇਖਿਆ ਫਟਾ ਫਟ ਲੰਮਾ ਚੌੜਾ ਲੇਖ ਉੱਤੇ ਲਿਖ ਦਿੱਤਾ ਇਹ ਦਿਖਾ ਦੀਆਂ ਆਪਣੇ ਪਿਓ ਨੂੰ ਭਾਈ ਨੰਦ ਲਾਲ ਜਿਹਦਾ ਲਿਖਿਆ ਉਹ ਲੈ ਕੇ ਜਦੋਂ ਬਾਦਸ਼ਾਹ ਦੇ ਕੋਲ ਗਿਆ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਕਾਕਾ ਅਰਥ ਤਾਂ ਬੜੇ ਕਮਾਲ ਦੇ ਨੇ ਪਰ ਤੂੰ ਮੇਰਾ ਪੁੱਤਰ ਐ ਮੈਂ ਤੇਰੀ ਰਗ ਰਗ ਤੋਂ ਵਾਕਿਫ ਮੈਂ ਤੂੰ ਨਹੀਂ ਲਿਖੇ ਕਿਸੇ ਕੋਲ ਲਿਖਵਾ ਕੇ ਲਿਆਇਆ ਉਹ ਕਹਿੰਦਾ ਅੱਬਾ ਬਾਦਸ਼ਾਹ ਸਲਾਮਤ ਮੇਰੇ ਕੋਲ ਇੱਕ ਲਿਖਾਰੀ ਹੈ ਬੜਾ ਵਿਦਵਾਨ ਹੈ ਉਹਦੇ ਕੋਲ ਮੁਨਸ਼ੀ ਕੋਲੋਂ ਲਖਾਏ ਨੇ ਕੀ ਨਾਮ ਤੇਰੇ ਮੁਨਸ਼ੀ ਦਾ ਮੇਰੇ ਮੁਨਸ਼ੀ ਦਾ ਨਾਮ ਆਨੰਦ ਲਾਲ ਔਰੰਗਜ਼ੇਬ ਕਹਿੰਦਾ ਆਨੰਦ ਲਾਲ Hindu ਅਜੇ ਤੱਕ ਮੁਸਲਮਾਨ ਨਹੀਂ ਬਣਾਇਆ ਉਹਨੂੰ ਐਡਾ ਵਿਦਵਾਨ ਬੰਦਾ ਆਪਣੀ ਕੌਮ ਚ ਲਿਆਓ ਕੱਲ ਨੂੰ ਮੁਸਲਮਾਨ ਬਣਾਓ ਉਹਨੂੰ ਸ਼ਹਿਜ਼ਾਦਾ ਘਰ ਆਇਆ ਹੋਰ ਚਿੰਤਾਜ ਪਿਆ ਕਹਿਣ ਲੱਗਾ ਆਨੰਦ ਲਾਲ ਬੜੀ ਮੁਸੀਬਤ ਚ ਪਾਤਾ ਤੈਨੂੰ ਮੈਂ ਤਰਾਮ ਸੰਕਟ ਆ ਗਿਆ ਤੇਰੇ ਤੇ ਤੂੰ ਮੇਰਾ ਮਿੱਤਰ ਹੈ ਤੈਨੂੰ ਦੱਸਣਾ ਮੇਰਾ ਫਰਜ ਹੈ ਕੱਲ ਨੂੰ ਮੇਰਾ ਪਿਓ ਤੈਨੂੰ ਬਾਦਸ਼ਾਹ ਔਰੰਗਜ਼ੇ ਮੁਸਲਮਾਨ ਬਣਾਏਗਾ ਹੁਣ ਤੂੰ ਦੱਸ ਮੁਸਲਮਾਨ ਬਣੇਗਾ ਕਿ ਮਰੇਗਾ ਜਾਂ ਕਿਧਰ ਨਿਕਲ ਜਾ ਭਾਈ ਆਨੰਦ ਲਾਲ ਕਹਿੰਦਾ ਰਾਤੋਂ ਰਾਤ ਕਿੱਥੇ ਜਾਵਾਂ ਘਰ-ਬਾਰ ਛੱਡ ਕੇ ਨੌਕਰੀ ਛੱਡ ਕੇ ਪਰਿਵਾਰ ਛੱਡ ਕੇ ਘਰ-ਬਾਰ ਛੱਡ ਕੇ ਇੱਕਦਮ ਕਿੱਥੇ ਜਾਵਾਂ ਇੱਕ ਰਾਤ ਦਾ ਟਾਈਮ ਹੈ ਵਿੱਚ